ਏਕ ਇੰਟਰਵਿਊ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਸ ਪ੍ਰੋਗਰਾਮ ਜੋ ਪੋਲੀਟੀਕਲ ਵਿੰਡ ਸੀ ਨੂੰ ਅਸੀਂ ਸਿਆਸੀ ਹਵਾਵਾਂ ਕਹਿੰਦੇ ਹਾਂ, ਉਹਦੇ ਵਿੱਚ ਸਾਡੇ ਨਾਲ ਸਾਡਾ ਸਾਥ ਦੇ ਰਹੇ ਨੇ ਸਾਡੇ ਓਨਰੇਬਲ ਮਿਨਿਸਟਰ ਤਿਮੋਪਲ ਸਾਹਿਬ ਹੋਣੀ। ਅੱਜ ਉਹਨਾਂ ਨਾਲ ਥੋੜ੍ਹੀ ਬਹੁਤੀ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੁਛ ਚਾਨਣਾ ਪੈਗਾ ਅਤੇ ਕੁਛ ਗਵਰਨਮੈਂਟ ਦੀਆਂ ਜਿਹੜੀਆਂ ਪੋਲਿਸੀਜ਼ ਜਿਹੜੀਆਂ ਜਿਸ ਗਵਰਨਮੈਂਟ ਦੇ ਉਹ ਹਿੱਸਾ ਨੇ ਉਹਨਾਂ ਦੇ ਉੱਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਆਸਾ ਕਿ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਕੁਛ ਇਨਫੋਰਮੇਸ਼ਨ, ਕੁਛ ਤੁਹਾਡੇ ਲਈ ਜੋ ਕੁਛ ਤੁਹਾਡੇ ਸਵਾਲ ਜਵਾਬ ਜਾਂ ਕੁਛ ਤੁਹਾਡੀਆਂ ਸ਼ਿਕਵੇ ਜੋ ਕੈਨੇਡਾ ਗਵਰਨਮੈਂਟ ਦੇ ਚਾਹੇ ਉਹ ਵਿਰੁੱਧ ਹੋਣ ਚਾਹੇ ਉਹਨਾਂ ਦੇ ਨਾਲ ਹੋਵੋ, ਤੁਸੀਂ ਉਹਨਾਂ ਦੇ ਨਾਲ ਤੁਸੀਂ ਆਪਸ ਵਿੱਚ ਬੈਠ ਕੇ ਜਿਹੜੇ ਤੁਹਾਡੇ ਕੁਛ ਗਿਲੇ ਸ਼ਿਕਵੇ ਉਹ ਦੂਰ ਹੋਣਗੇ। ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਟਿਮੋਪਲ ਜੀ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਕਰੀਏ ਜਿਹੜੇ ਕਈਆਂ ਸਾਲਾਂ ਤੋਂ ਸਵਾਲ ਸਾਡੇ ਚੱਲਦੇ ਆ ਰਹੇ ਨੇ, ਉਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਅੱਜ ਰੂਬਰੂ ਉਹ ਬੈਠ ਕੇ ਦੇਣਗੇ। ਤਿਮੋਪਲ ਜੀ, ਤੁਹਾਡਾ ਇਸ ਏਕਮ ਟੀ ਵੀ ਦੇ ਵਿੱਚ ਸਾਡੇ ਵੱਲੋਂ ਬੜਾ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤਿਮੋਪਲ ਜੀ ਸਾਡੇ ਇਜ਼ ਮਿਨਿਸਟਰ ਆਫ ਸਟੇਟ ਆਫ ਡੈਮੋਕ੍ਰੈਟਿਕ ਰਿਫੋਰਮ। ਹਾਂਜੀ ਹਾਂਜੀ। ਤੁਸੀਂ ਪਹਿਲਾਂ ਮੈਨੂੰ ਇਹ ਦੱਸੋ, ਸ਼ੁਰੂ ਦੇ ਵਿੱਚ ਅਸੀਂ ਇਹ ਕਰ ਲਈਏ ਕਿ ਸਟੇਟ ਆਫ ਡੈਮੋਕ੍ਰੈਟਿਕ ਰਿਫੋਰਮ ਦੇ ਵਿੱਚ ਤੁਹਾਡੀ ਰਿਸਪੋਂਸੀਬਿਲਿਟੀਜ਼ ਕੀ ਨੇ ਐਜ਼ ਅ ਮਿਨਿਸਟਰ? ਹਾਂਜੀ, ਇਹ ਰਿਸਪੋਂਸੀਬਿਲਟੀ ਇਹ ਵੀ ਜਿਹੜੀ ਆਪਣੀ ਕਹਿ ਲਓ ਵੀ ਕੈਨੇਡਾ ਦੀ ਡੈਮੋਕ੍ਰੇਸੀ ਆ, ਇਹਨੂੰ ਹੋਰ ਟ੍ਰਾਂਸਪੇਰੈਂਟ ਕਿਵੇਂ ਬਣਾ ਸਕਦੇ ਹਾਂ, ਇਹਨੂੰ ਹੋਰ ਸਟਰੈਂਥਨ ਕਿਵੇਂ ਕਰ ਸਕਦੇ ਹਾਂ ਨਾ। ਸੋ ਅਸੀਂ ਫੋਰ ਐਗਜ਼ਾਮਪਲ ਜਿਵੇਂ ਅਸੀਂ ਕਮਿਟਮੈਂਟ ਕੀਤੀ ਸੀਗੀ ਕੈਂਪੇਨ ਦੇ ਵਿੱਚ ਵੀ ਜਿਹੜੇ ਫਾਸਟੈਸਟ ਗਰੋਇੰਗ ਪ੍ਰੋਵਿੰਸਿਸ ਆ, ਓਨਟੇਰੀਓ ਦੇ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੀ, ਇਹਨਾਂ ਦੀ ਪਾਪੂਲੇਸ਼ਨ ਵੱਧ ਰਹੀ ਸੀ ਅਤੇ ਮੋਸਟਲੀ ਵੱਧ ਰਹੀ ਸੀ ਨਿਊ ਕੈਨੇਡੀਅਨਸ ਕਰਕੇ, ਇਮੀਗ੍ਰੈਂਟਾਂ ਕਰਕੇ, ਪਰ ਜਿਹੜੇ ਹਾਊਸ ਆਫ ਕਾਮਨਸ ਵਿੱਚ ਸੀਟਾਂ ਸੀ ਉਹ ਓਨੀਆਂ ਹੀ ਸੀਗੀਆਂ। ਜੀ ਜੀ। ਸੋ ਐਵਰੀ 10 ਈਅਰਸ ਇਹ ਚੇਂਜ ਹੁੰਦੀਆਂ ਨੇ। ਹਾਂਜੀ। ਅਤੇ ਉਹਦੇ ਵਿੱਚ ਉਹ ਚੇਂਜ ਕਰਨ ਦੇ ਵਿੱਚ ਬਿੱਲ ਪੇਸ਼ ਕੀਤਾ ਸੀਗਾ ਮੈਂ ਪਿਛਲੇ ਸਾਲ, ਵੀ ਜਿਹੜੇ ਉਹਦਾ ਫਾਰਮੂਲਾ ਚੇਂਜ ਕਰਕੇ ਵੀ ਇਹ ਜਿਹੜੇ ਜਿੱਥੇ ਫਾਸਟਰ ਗਰੋਇੰਗ ਪ੍ਰੋਵਿੰਸਿਸ ਆ ਉਹਨਾਂ ਨੂੰ ਹੋਰ ਸੀਟਾਂ ਮਿਲਣੀਆਂ ਚਾਹੀਦੀਆਂ। ਸੋ ਇਹ ਕੀਤਾ ਗਿਆ ਵੀ ਓਨਟੇਰੀਓ ਨੂੰ 15 ਐਕਸਟਰਾ ਸੀਟਾਂ ਜੀ, ਅਲਬਰਟਾ ਨੂੰ 6, ਬ੍ਰਿਟਿਸ਼ ਕੋਲੰਬੀਆ ਨੂੰ 6, ਅਤੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਕੁਬੈਕ ਨੂੰ 2 ਮਿਲੀਆਂ। ਇਸ ਨਾਲ ਇਹ ਆ ਵੀ ਜਿਸ ਤੁਹਾਡੀ ਵੋਟ ਆ ਇੱਥੇ ਓਨਟੇਰੀਓ ਦੇ ਵਿੱਚ, ਤੁਹਾਡੀ ਵੋਟ ਦੀ ਵੈਲਿਊ ਓਨੀ ਕੀ ਹੋਣੀ ਚਾਹੀਦੀ ਆ ਜੇ ਤੁਸੀਂ ਸਸਕੈਚੁਅਨ ਰਹਿੰਦੇ ਹੋ ਜਾਂ ਹੋਰ ਕੋਈ ਪ੍ਰੋਵਿੰਸ ਦੇ ਵਿੱਚ ਰਹਿੰਦੇ ਹੋ। ਸੋ ਇਸ ਨਾਲ ਬਹੁਤ ਜ਼ਿਆਦਾ ਫਰਕ ਆ, ਕਹਿੰਦੇ ਵੀ ਐਵਰੀ ਕੈਨੇਡੀਅਨ ਇਜ਼ ਕਲੋਸਰ ਟੂ ਰੈਪ੍ਰੈਜ਼ੈਂਟੇਸ਼ਨ ਟੂ ਪਾਪੂਲੇਸ਼ਨ। ਤੁਹਾਡਾ ਅਸਲੀ ਨਾਂ ਤਿਮੋਪਲ ਜੋ ਤੁਸੀਂ ਯੂਜ਼ ਕਰਦੇ ਆ, ਇਹ ਸ਼ੋਰਟ ਫੋਰਮ ਆ ਜਾਂ ਇਹ ਪੂਰਾ ਨਾਂ ਆ, ਜਾਂ ਇਹ ਤੁਹਾਡਾ ਅਸਲੀ ਨਾਂ ਪੂਰਾ ਨਾਂ ਕੀ? ਇਹ ਨਹੀਂ ਸਹੀ ਗੱਲ ਹੈ, ਬਿਕੋਜ਼ ਕਈ ਸੋਚ ਲੈਂਦੇ ਵੀ ਪਤਾ ਨਹੀਂ ਇਹ ਕਹਿ ਲਓ ਵੀ ਆਪਾਂ ਦੀ ਵੋਟਾਂ ਕਰਕੇ ਰੱਖਿਆ ਜਾਂ ਹੋਰ ਕੋਈ ਰੀਜ਼ਨ ਆ। ਨਹੀਂ, ਐਕਚੁਲੀ ਮੇਰਾ ਨਾਂ ਹੀ ਇਹੀ ਹੈ। ਜਦੋਂ 70s ਵਿੱਚ ਆਈ ਵਾਸ ਬੋਰਨ ਇਨ 74 ਵੈਂਕੂਵਰ ਦੇ ਵਿੱਚ, ਉਸ ਟਾਈਮ ਚਲੋ ਟਾਈਮ ਹੀ ਇਹੋ ਜਿਹਾ ਸੀਗਾ, ਬੱਚਿਆਂ ਦੇ ਨਾਂ ਹੀ ਆ, ਤੋ ਕਹਿ ਲਓ ਇੰਗਲਿਸ਼ ਨਾਂ ਦਿੱਤੇ ਹੋਏ ਸੀਗੇ ਮੇਰੇ ਬਰਥ ਸਰਟੀਫਿਕੇਟ ਅਤੇ ਪਾਸਪੋਰਟ 'ਤੇ, ਐਕਚੁਲੀ ਟਿੰਮੀ ਸਿੰਘ ਉੱਪਰ ਲਿਖਿਆ ਹੋਇਆ, ਚਲੋ ਟਿੰਮੀ ਤੋਂ ਟਿੰਮ ਬਰਤਨ ਲੱਗ ਕੇ, ਅਤੇ ਉਹ ਹੈ ਹੀ ਇਹੀ ਨਾਂ ਵਾ। ਅਤੇ ਹੁਣ ਮੈਂ ਕਹਿੰਦਾ ਹੁਣ ਵੀ ਚਲੋ ਜੋ ਸਾਡੇ ਆਪਦਾ ਆਪਦੀ ਵਾਰੀ ਆਈ, ਹੁਣ ਚਲੋ ਟਾਈਮ ਡਿਫਰੈਂਟ ਆ, ਹੁਣ ਸਾਡੇ ਬੱਚਿਆਂ ਦੇ ਨਾਂ ਨਿਹਾਲ ਸਿੰਘ ਅਤੇ ਕਿਰਪਾ ਕੌਰ। ਅੱਛਾ, ਇਟਸ ਕਹਿ ਲਓ ਵੀ ਟਾਈਮ ਦੀ ਗੱਲਾਂ ਨੇ। ਅਤੇ ਜੀ ਜੀ ਜੀ। ਅੱਛਾ, ਤੁਸੀਂ ਕਿਹਾ ਕਿ ਤੁਹਾਡੀ ਜਿਹੜੀ ਤੁਸੀਂ ਬੋਰਨ ਹੋਏ ਵੈਨਕੂਵਰ ਦੇ ਵਿੱਚ, ਤੁਸੀਂ ਇੱਥੇ ਇਸ ਜਗ੍ਹਾ 'ਤੇ ਰਹਿ ਕੇ ਇੱਥੇ ਬੋਰਨ ਹੋ ਕੇ ਤੁਸੀਂ ਆਪਣਾ ਸਿੱਖੀ ਸਰੂਪ ਜਿਹੜਾ ਪੂਰਾ ਆਪਣੇ ਕਾਇਮ ਰੱਖਿਆ ਹੈ, ਇਹਦੇ ਬਾਰੇ ਜਾਂ ਤੁਹਾਡੇ ਬਚਪਨ ਬਾਰੇ, ਜਾਂ ਤੁਹਾਡੇ ਬਚਪਨ ਤੋਂ ਲੈ ਕੇ ਜਵਾਨੀ ਤੱਕ, ਜਵਾਨੀ ਤੋਂ ਲੈ ਕੇ ਆਪਣੇ ਮਿਨਿਸਟਰੀ ਤੱਕ ਜਿਹੜੇ ਤੁਹਾਡਾ ਦੌਰ ਆ, ਇਹਨੂੰ ਅਸੀਂ ਥੋੜ੍ਹਾ ਜਿਹਾ ਕੁਛ ਲਫ਼ਜ਼ਾਂ ਦੇ ਵਿੱਚ ਜਾਂ ਕੁਛ ਸਕਿੰਟਾਂ ਦੇ ਵਿੱਚ ਇਹਨੂੰ ਤੈਅ ਕਰਨਾ ਹੋਵੇ ਤਾਂ ਤੁਸੀਂ ਕੀ ਕਹੋਗੇ ਇਹਦੇ 'ਤੇ? ਜਿਹੜੀ ਸਿੱਖੀ ਦੀ ਗੱਲ ਆ, ਮੈਂ ਐਕਚੁਲੀ ਹਾਈ ਸਕੂਲ ਤੋਂ ਬਾਅਦ 'ਚ ਬਾਲ ਰੱਖੇ ਸੀਗੇ ਜੀ, ਔਰ ਮੈਂ ਉਹ ਫੈਮਿਲੀ ਮੈਂ ਇਕੱਲਾ ਹੀ ਹਾਂ ਜਿਨ੍ਹਾਂ ਨੇ ਇੱਦਾਂ ਬਾਲ ਰੱਖੇ ਆ, ਫੋਰ ਕਪਲ ਆਫ ਰੀਜ਼ਨਸ। ਚਲੋ ਇਹ ਪਰਸਨਲ ਹੁੰਦੀ ਹੈ ਗੱਲ ਹੈ ਨਾ, ਮੇਰੇ ਬੱਚੋਂ ਪਰਸਨਲ ਰੀਜ਼ਨ ਸੀਗੀ ਵੀ ਮੈਨੂੰ ਸੀਗਾ ਵੀ ਮੈਂ ਆਪਣੇ ਬਾਲ ਰੱਖਾਂ, ਪਰ ਉਹ ਵੀ ਤਾਂ ਸੀ ਵੀ ਜਿਹੜੇ ਪੰਜਾਬੀ ਕਲਚਰ ਦੇ ਨਾਲ ਕਨੈਕਸ਼ਨ ਸੀ ਕਾਫੀ, ਫੈਮਿਲੀ ਦੇ ਵਿੱਚੋਂ ਘਰੇ ਵੀ ਪੰਜਾਬੀ ਬੋਲਣੀ, ਮਦਰ ਫਾਦਰ ਦੇ ਕਾਫੀ ਕਹਿ ਲਓ ਵੀ ਇਸ ਗੱਲ ਦੇ ਵਿੱਚ ਕਮਿਟਮੈਂਟ ਸੀ ਵੀ ਘਰੇ ਪੰਜਾਬੀ ਬੋਲਣੀ ਆ, ਪੰਜਾਬੀ ਕਲਚਰ ਦੇ ਨਾਲ ਰਹਿਣਾ। ਮੈਂ ਐਟ ਐਨ ਅਰਲੀ ਏਜ ਉੱਥੇ ਆਪਣੇ ਐਡਮਿੰਟਨ ਦੇ ਵਿੱਚ ਸਿੰਘ ਸਭਾ ਗੁਰਦੁਆਰਾ ਦੇ ਨਾਲ ਵਿੱਚ ਕਮਿਟੀ ਦੇ ਵਗੈਰਾ ਦੇ ਵਿੱਚ ਇਨਵੋਲਵ ਹੁੰਦਾ ਰਿਹਾ ਜੀ, ਸਪੋਰਟ ਸੀਗੀ, ਅਤੇ ਉਸੇ ਕਰਕੇ ਇਸ ਪਾਸੇ ਲੱਗਿਆ ਰਿਹਾ। ਭੰਗੜਾ, ਬੱਚਿਆਂ ਨੂੰ ਭੰਗੜਾ ਸਿਖਾਉਣਾ, ਕਬੱਡੀ ਸਿਖਾਉਣੀ, ਆਪ ਖੇਡਦਾ ਸੀ ਕਬੱਡੀ, ਹਾਂ ਜੀ, ਪਹਿਲਾਂ ਭੰਗੜਾ ਵੀ ਪਾਉਂਦੇ ਰਹੇ। ਸੋ ਇਹ ਜਿਹੜੇ, ਅਤੇ ਫਿਰ ਪੰਜਾਬੀ ਰੇਡੀਓ ਸ਼ੋਅ ਸੀ, ਇਹ ਜਿਹੜੇ ਸਾਰੀ ਗੱਲਾਂ ਨੇ ਤੁਸੀਂ ਕਹਿ ਲਓ ਵੀ ਪੰਜਾਬੀ ਕਲਚਰ ਦੇ ਨਾਲ, ਵਿਰਸੇ ਦੇ ਨਾਲ, ਫਿਰ ਸਿੱਖੀ ਦੇ ਨਾਲ ਵੀ ਜੁੜੇ ਰਹੇ। ਅੱਛਾ। ਐਂਡ ਦੈਟਸ ਆਲ ਇਨ ਐਡਮਿੰਟਨ, ਅਤੇ ਆਪਣੀ ਕਾਫੀ ਉੱਥੇ ਫੈਮਿਲੀ ਆ, ਅਤੇ ਉਹ ਉਸੀ ਫੈਮਿਲੀ ਕਰਕੇ ਹੀ ਪੋਲੀਟਿਕਸ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਬਿਕੋਜ਼ ਜੇ ਤੁਹਾਡੇ ਕੋਲ ਫੈਮਿਲੀ ਸਪੋਰਟ ਆ, ਫਿਰ ਤੁਹਾਡੇ ਫੈਮਿਲੀ ਵੀ ਆ, ਗਾਂ ਕਜ਼ਨਸ ਆ, ਗਾਂ ਕਜ਼ਨ ਤੋਂ ਗਾਂ ਫਰੈਂਡਸ਼ਿਪ ਹੋ ਜਾਂਦੀ ਆ, ਕਾਫੀ ਵੱਡਾ ਬੇਸ ਬਣ ਜਾਂਦਾ ਜੀ, ਅਤੇ ਉਸ ਬੇਸ ਦੇ ਸਿਰ 'ਤੇ ਤੁਸੀਂ ਇਹੋ ਜਿਹਾ ਕੋਈ ਕੰਮ ਕਰ ਸਕਦੇ ਹਾਂ। ਸੋ ਉਹ ਆ ਮੇਰੇ ਜਿਹੜੇ ਕਬੱਡੀ ਜਿਹੜੇ ਮੁੰਡੇ ਖੇਡਦੇ ਉਹ ਸਾਰੇ ਫਰੈਂਡਸ ਨੇ, ਉਹਨਾਂ ਦੇ ਫੈਮਿਲੀਜ਼ ਆ, ਸੋ ਗਾਂ ਦੀ ਗਾਂ ਕਹਿ ਲਓ ਵੀ ਕਾਫੀ ਬੇਸ ਸੀਗਾ।
इस पॉलिटिक्स आने के चांस लग गया। नाउ आई एम वेरी फॉर्चुनेट, मेरे आप जी परसनल फैमिली है, माई वाइफ शी वेरी अंडरस्टैंडिंग, भी इस काम के टाइम लगता हूँ भी, मैं इतने ब्रैम्पटन हाँ, शी इज एट होम विद द किड्स। सो जे थोड़े फैमिली के पूरी सपोर्ट हो कामों के आ सकते हो, एंड आई बिन वेरी लकी भी कंजरवेटिव पार्टी वालों भी पूरी सपोर्ट रही है। जे वो ना होंगी ना आई वुडन बी एबल टू डू दिस। सो वह भी प्राइम मिनिस्टर हरपर वालों, जेसन कैनी वालों, कई पार्टी के बच्चों बंद ने काफ़ी सपोर्ट करते रहे। हाँ जी, एंड एज यू नो 2008 के इलैक्शन जितते से पहले भी मैं इलैक्शन खड़ा से हारिया। मेरा सवाल यही कि थोड़ा जो सियासी करियर कितों शुरू होया? हाँ जी, सो आई मीन 2000 के मैं 24 साल का सगा, तो उदो इलैक्शन खड़ा से, तो उदो मैं हार गया एज एन एम पी लिए खड़ा सगा इन एडमिंटन, उदो एक कैबिनेट मिनिस्टर से उन्होंने अगेंस्ट खड़ा सी। एंड सो दैट्स व्हाई गॉट माई स्टार्ट। अच्छा जी, एंड दैन होर इलेक्शन लड़े, सो टाइम आया भी राइडिंग यह जी मिली भी काफ़ी स्ट्रोंग राइडिंग सी, पार्टी वालों भी पूरी सपोर्ट से उस राइडिंग। एंड 2008 एज एन एम पी बन गए, एंड विथ कह लो भी गुरु महाराज की कृपा भी 2011 एज ए मिनिस्टर भी उन्होंने चुन लिया। प्राइम मिनिस्टर ने थोड़ा जो सफ़र एम पी तो मिनिस्टर तक का किस तरह का रहा? इट्स कह लो भी एक तो चलो थोड़ी जी सरप्राइजिंग भी सी, बिकॉज एज एन एम पी अलबरटा तो घट ही चुनते एज ए मिनिस्टर, बिकॉज पहला ही बहुत कहो भी वे नाले मिनिस्टर उतों ही आ रहे हैं, प्राइम मिनिस्टर भी उत्तर अलबरटा के। हाँ जी, बट जो चुनिया गया आई मीन ऑबियसली एक तो चलो गुरु महाराज की कृपा हुई, हैव दिस ऑपरचुनिटी, यह सेवा करने का मौका मिले। दूजी गल मैं कहना उन्होंने भी प्राइम मिनिस्टर स्टीवन हरपर ने भी जिन्होंने सोचा वा भी जे पहले केसधारी पग वाले मिनिस्टर चुने आउटसाइड ऑफ इंडिया। हाँ जी, वो मैनू नहीं लगता भी वो कुछ यू नो बियॉन्ड मी बी, मैनू हैगा भी इट इज़ ए करो भी रैकग्नेशन भी सिखा दे पंजाबी ने साउथ एशियंस भी किन्नी कॉन्ट्रीब्यूशन इस कंट्री ने। बिल्कुल, आई मीन इट्स अ फर्स्ट टाइम भी एक कैबिनेट के प्राइम मिनिस्टर के कैबिनेट के भी दो अपने पंजाबी हो, माई सैल्फ तो मिनिस्टर बैलगोसल। सो बहुत वीड्डी गल आई। मैं गलत ना वहाँ तो पग दे नाल जां दाढ़ी प्रकाश जिन्हां दी है तुसी पहले मिनिस्टर हो जिहड़े कैनेडा दी धरती। हाँ जी, कैनेडा दे विच पहले हर धारीवाल एनीवेयर आउटसाइड ऑफ इंडिया। हाँ जी, हाँ जी, अमेरिका चो यूके चो जिथों मर्जी है ना। हाँ जी, जस्ट आउटसाइड ऑफ इंडिया पहले हाँ। सो इट्स वेरी मच कह लो भी इट्स एन ऑनर। मैं थोड़े कोल अज क्लैरिफिकेशन ये लैनी चाहुंदा हाँ कि जिदा चाइनीज़ कम्यूनिटी नूं असीं कर लिया अपोलोजाइज, असीं जैपनीज़ कम्यूनिटी नूं कर लिया एज अ प्राइम मिनिस्टर ऑफ कैनेडा, उन्होंने स्टीवन हार्पर साहब ने जाके गदरी बाबे ने मिले तो माफ़ी मंग ली, लेकिन वो सिखा नू जां असी साउथ एशियन कम्यूनिटी नू असी कह लीए वो कुछ हद तक नहीं उन्होंने पाँदी हो, तो उस दे विच चाइनीज़ या जैपनीज़ कम्यूनिटी की अपोलॉजीज़ और सिखा की जां इंडियन की कम्यूनिटी की जी कामा घाटा मारू की जी अपोलॉजी है वो एक तो तुसी मैनू थोड़ा जिहा अंतर दस दिओ, डिफरेंस बिटवीन दैट कि भी जे होया तो क्यों होया, जे नहीं हो रहा तो क्यों नहीं हो रहा। एक तो चलो एवरी कह लो भी जो सिचुएशन आ हरेक सिचुएशन डिफरेंट होंगे, बिकॉज जी द रीजनस बिहाइंड इट और द नंबर्स ऑफ इट और वट एवर इज डिफरेंट राइट। पर जी काम घट मार की गल आ, पहली गल कपल ऑफ थिंग्स, एक तो अपोलॉजी की गई है ऑफिशियल अपोलॉजी सी 2006 के उदो ये सोचा सगा भी जी अपोलॉजी करनी चाहिए वो करनी चाहिए है हज़ार लोगों के सामने करनी चाहिए है भी जिथे उस पंजाबी लोग हो जिथे उस ब्रिटिश कोलंबिया के जिम्मे जिते कहा भी शिप भी उत्थे आया बीसी के है ना। सो उस टाइम यह सोच सी प्राइम मिनिस्टर वालों ज उन्होंने सलाहदारा तो भी आप उत्थे अपोलॉजी की करिए लोगों के सामने प्राइम मिनिस्टर आप जान अपोलॉजी कर। सो दैट्स व्हाट ही डिड, आप जाके बड़ी रिस्पैक्ट दे नाल कीती सी जद तक है ना, आई मीन दैट्स व्हाट्स इंपोर्टेंट टू मी वी जी अपोलॉजी आ ऑफिशियल होवे ते रिस्पैक्ट ना हो। सो इट वॉज ऑफिशियल रिस्पैक्ट ना की गई है उस जो अपोलॉजी के रैकर्ड आ हाउस ऑफ कॉमनस के भी हूँ भी उ जिमें उ टेबल की गई है तुम वो रैकर्ड प्राइम मिनिस्टर वालों रैकर्ड उत्थे पहुँचे हुए उन्होंने जे लफ्ज वरते गए इस अपोलॉजी के हूँ भी कढ़ सकते हो या ईवन 100 साल तक जाके आप देख सकते हैं वो रैकर्ड सारा बच्चे आ। फिर की किया उस अपोलॉजी के नाल $2.5 million भी दिता गया वा भी तुम कनेडियनज़ में ज सारे एजुकेट करो
ਵੀ ਇਹ ਕਾਮਾ ਘੱਟ ਮਾਰੂ ਕੀ ਹੋਇਆ, ਕਾਹਤੋਂ ਹੋਇਆ ਅਤੇ ਕਾਹਤੋਂ ਫਿਊਚਰ ਦੇ ਵਿੱਚ ਨਹੀਂ ਹੋਣਾ ਚਾਹੀਦਾ। $2.5 million ਸਿੱਖ ਕਮਿਊਨਿਟੀ ਨੂੰ ਦਿੱਤਾ ਗਿਆ ਜਾਂ ਜਿਹੜੀ ਇਹਦੀ ਫਾਊਂਡੇਸ਼ਨ ਉਹਨੂੰ ਦਿੱਤਾ ਗਿਆ ਫਾਊਂਡੇਸ਼ਨ ਵਾਸਤੇ? ਐਕਚੁਅਲੀ ਇਟ ਵਾਸ ਅ ਕਾਲ ਫਾਰ ਆਈਡੀਆਜ਼। ਸੋ ਐਨੀਬਡੀ ਵੀ ਕਾਮਾ ਘੱਟ ਮਾਰੂ ਬਾਰੇ ਜੇ ਤੁਹਾਡੇ ਕੋਲ ਕੋਈ ਸੰਸਥਾ ਵਾ ਜਿਹੜੇ ਇਸ ਇਸ਼ੂ ਨੂੰ ਪ੍ਰਮੋਟ ਕਰਨਾ ਚਾਹੁੰਦੇ, ਐਜੂਕੇਟ ਕਰਨਾ ਚਾਹੁੰਦੇ, ਇਟ ਵਾਸ ਬੇਸਡ ਔਨ ਕਾਮਾ ਘੱਟ ਮਾਰੂ। ਹਾਂਜੀ, ਇਟ ਬੇਸਡ ਔਨ ਕਾਮਾ ਘੱਟ ਮਾਰੂ ਟੂ ਐਜੂਕੇਟ ਪੀਪਲ ਔਨ ਕਾਮਾ ਘੱਟ ਮਾਰੂ ਵਾਈ ਡਿਡ ਇਟ ਹੈਪਨ, ਅਤੇ ਆਪਾਂ ਫਿਊਚਰ ਦੇ ਵਿੱਚ ਕਿਵੇਂ ਰੋਕ ਸਕਦੇ ਹਾਂ ਜਾਂ ਇਹਨਾਂ ਦੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਹਿ ਲਓ ਇਹ ਬਲੈਕ ਮਾਰਕ ਆ, ਇਹਨੂੰ ਆਪਾਂ ਕਿਵੇਂ ਲੋਕਾਂ ਨੂੰ ਐਜੂਕੇਟ ਕਰ ਸਕਦੇ ਹਾਂ। ਸੋ ਉਹਦੇ ਕਰਕੇ ਮਿਊਜ਼ੀਅਮ ਬਣਿਆ ਵੈਂਕੂਵਰ, ਬਹੁਤ ਸੋਹਣਾ ਖਾਲਸਾ ਦਿਵਾਨ ਸੁਸਾਇਟੀ ਉੱਥੇ ਮਿਊਜ਼ੀਅਮ ਵਾਂਗੂ ਇੰਟਰਪ੍ਰੀਟਿਵ ਸੈਂਟਰ ਬਣਿਆ, ਬਹੁਤ ਸੋਹਣੀ ਚੀਜ਼ ਆ। ਉੱਥੇ ਇੱਕ ਜਗ੍ਹਾ ਬਣਾ ਤੀ ਜਸਟ ਰਾਈਟ ਔਨ ਦ ਵਾਟਰ ਵੈਂਕੂਵਰ ਦੇ ਵਿੱਚ, ਜਿੱਥੇ ਆਈ ਡੋਟ ਹਾਊ ਮੈਨੀ ਯੂ ਨੋ ਹੰਡਰਡਸ ਆਫ ਥਾਊਸੈਂਡਸ ਆਫ ਲੋਕ ਉੱਥੋਂ ਦੇ ਰੋਜ਼ ਉੱਥੋਂ ਦੀ ਲੰਘਦੇ ਆ, ਟੂਰਿਸਟ ਲੰਘਦੇ ਆ, ਉਹ ਵੀ ਉੱਥੇ ਜਾ ਕੇ ਦੇਖਦੇ ਆ, ਬਹੁਤ ਸੋਹਣੀ ਪਿਕਚਰ ਲੱਗੀ ਹੋਈ ਆ, ਅਤੇ ਸ਼ਿਪ ਜੇ ਵਾਂਗੂ ਆਰਟਿਸਟਿਕਲੀ ਬਣਿਆ ਹੋਇਆ, ਉਹ ਵੀ ਦੇਖਣ ਵਾਲੀ ਚੀਜ਼ ਆ। ਹੁਣ ਕਾਮਾ ਘੱਟ ਮਾਰੂ ਬਾਰੇ ਅਤੇ ਜਿੰਨੇ ਵੀ ਉਹਨਾਂ ਦੇ ਸ਼ਿਪ ਦੇ ਆਏ ਹੋਏ ਸੀਗੇ, ਪੀਪਲ ਦਾ ਰਨ ਦ ਸ਼ਿਪ, ਸਾਰਿਆਂ ਦੇ ਨਾਂ ਉੱਥੇ ਲਿਖੇ ਹੋਏ ਆ। ਸੋ ਇਹ ਬਹੁਤ ਰਿਸਪੈਕਟ ਦੇ ਨਾਲ ਕਹਿ ਲਓ ਵੀ ਕੀਤਾ ਗਿਆ ਵਾ। ਇਫ ਵਰ ਕੰਪੇਅਰਿੰਗ, ਆਈ ਮੀਨ ਇੱਕ ਤਾਂ ਜਿਵੇਂ ਜੋ ਇਟਾਲੀਅਨ ਇੰਟਰਨਮੈਂਟ ਬਾਰੇ ਜਦੋਂ ਅਪੋਲੋਜੀ ਦਿੱਤੀ ਗਈ ਆ, ਉਹ ਵੀ ਪਾਰਲੀਮੈਂਟ ਤੋਂ ਬਾਹਰ ਦਿੱਤੀ ਗਈ ਸੀ, ਉਦੋਂ ਵੀ ਇਹੀ ਸੀ ਵੀ ਜਿਹੜੀ ਅਪੋਲੋਜੀ ਆ ਉਹ ਦੇਣੀ ਚਾਹੀਦੀ ਹੈ, ਲੋਕਾਂ ਦੇ ਸਾਹਮਣੇ ਦੇਣੀ ਚਾਹੀਦੀ ਆ। ਸੋ ਉਹ ਇਟਾਲੀਅਨ ਕਮਿਊਨਿਟੀ ਹਾਲ ਦੇ ਵਿੱਚ ਜਾ ਕੇ ਬ੍ਰਾਇਨ ਮੋਰੂਨੀ ਨੇ ਅਪੋਲੋਜੀ ਦਿੱਤੀ ਸੀ। ਜਦੋਂ ਐਟਲਾਂਟਿਕ ਸਾਈਡ 'ਤੇ ਇੱਕ ਸ਼ਿਪ ਆਇਆ ਸੀਗਾ ਦ ਸੇਂਟ ਲੂਈ, ਇਟ ਵਾਸ ਫੁੱਲ ਆਫ ਓਵਰ 900 ਜੂਸ, 900 ਕੁਛ ਜੂਸ ਸੀ ਉਹ ਸ਼ਿਪ 'ਤੇ, ਕੈਨੇਡਾ ਨੇ ਉਹ ਸ਼ਿਪ ਮੋੜਤਾ ਸੀਗਾ, ਮਚ ਲਾਈਕ ਦ ਕਾਮਾ ਘੱਟ ਮਾਰੂ। ਉਹਦੇ ਬਾਰੇ ਵੀ ਕੋਈ ਹਾਊਸ ਆਫ ਕਾਮਨ ਦੇ ਵਿੱਚ ਅਪੋਲੋਜੀ ਨਹੀਂ, ਉਹਨਾਂ ਨੂੰ ਵੀ ਸੇਮ ਵੇ $2.5 million ਦਿੱਤਾ ਗਿਆ ਵਾ ਵੀ ਤੁਸੀਂ ਲੋਕਾਂ ਨੂੰ ਐਜੂਕੇਟ ਕਰੋ ਵੀ ਇਹ ਤੁਹਾਡੇ ਸ਼ਿਪ ਬਾਰੇ ਇਹ ਮੋੜਿਆ ਗਿਆ, ਕਾਹਤੋਂ ਮੋੜਿਆ ਗਿਆ, ਕੀ ਸਿਚੁਏਸ਼ਨ ਸੀ ਉਸ ਵੇਲੇ ਕੈਨੇਡਾ ਦੇ ਵਿੱਚ ਵੀ ਜਿਹੜੇ ਜੂਸ ਇਹ ਕਾਹਤੋਂ ਮੋੜੇ ਗਏ। ਸੋ ਵੈਰੀ ਸਿਮਲਰ ਸਿਚੁਏਸ਼ਨ ਵੀ ਉਹਨਾਂ ਨੂੰ ਵੀ ਮੋੜੇ ਗਏ ਅਤੇ ਉਹਨਾਂ ਨੂੰ ਵੀ ਲੋਕਾਂ ਨੂੰ ਐਜੂਕੇਟ ਕਰੋ। ਸੋ ਆਈ ਥਿੰਕ ਐਜ਼ ਅ ਕਮਿਊਨਿਟੀ ਆਪਾਂ ਨੂੰ ਕਪਲ ਆਫ ਥਿੰਗਸ 'ਤੇ ਫੋਕਸ ਕਰਨਾ ਚਾਹੀਦਾ। ਇੱਕ ਵੀ ਆਪਾਂ ਲੋਕਾਂ ਨੂੰ ਐਜੂਕੇਟ ਕਰੀਏ ਇਸ ਗੱਲ 'ਤੇ ਵੀ ਸਾਨੂੰ ਉਸ ਵੇਲੇ ਵੋਟ ਨਹੀਂ ਦਿੰਦੇ ਸੀ, ਉਸ ਵੇਲੇ ਆਉਣ ਨਹੀਂ ਦਿੱਤਾ, ਬੜੀ ਰੇਸਿਸਟ ਲਾਅ ਸੀ ਵੀ ਜਾਣ ਕੇ ਸਾਊਥ ਏਸ਼ੀਅਨਸ ਨੂੰ ਨਹੀਂ ਆਉਣ ਦਿੰਦੇ ਸੀਗੇ। ਸੋ ਉਹ ਲੋਕ ਆਪਾਂ ਲੋਕਾਂ ਨੂੰ ਐਜੂਕੇਟ ਕਰ ਸਕਦੇ ਹਾਂ। ਦੂਜੀ ਗੱਲ ਇਹ ਆ ਵੀ ਆਈ ਰੀਅਲੀ ਬਿਲੀਵ ਵੀ ਆਪਾਂ ਇਹ ਵੀ ਦੇਖੀਏ ਵੀ ਆਪਾਂ ਉਦੋਂ ਕਿੱਥੇ ਸੀ ਅਤੇ ਹੁਣ ਕਿੱਥੇ ਤੱਕ ਆ ਗਏ। ਵੀ ਜਿਹੜੇ ਹਾਊਸ ਆਫ ਕਾਮਨਸ ਦੇ ਵਿੱਚ ਇੰਨੀ ਰੇਸਿਸਟ ਲਾਅ ਬਣੀ ਸੀ, ਉਹੀ ਹੁਣ ਹਾਊਸ ਆਫ ਕਾਮਨਸ ਦੇ ਵਿੱਚ, ਓਪੋਜੀਸ਼ਨ ਦੇ ਵਿੱਚ, ਗਵਰਨਮੈਂਟ ਦੇ ਵਿੱਚ, ਹੁਣ ਕੈਬਨਿਟ ਦੇ ਵਿੱਚ ਵੀ ਪੰਜਾਬੀ ਭਾਈਚਾਰਾ, ਯੂ ਨੋ ਮੈਨ ਐਂਡ ਵੁਮੈਨ ਔਰ ਇਨ ਦ ਗਵਰਨਮੈਂਟ ਇਨ ਦੀ ਓਪੋਜੀਸ਼ਨ, ਉਹੀ ਹਾਊਸ ਆਫ ਕਾਮਨ ਵਿੱਚ, ਅਤੇ ਜਿਹੜੇ ਦਿਸ ਇਜ਼ ਵਨ ਆਫ ਦ ਥਿੰਗਸ ਦੈਟ ਆਮ ਮੋਸਟ ਪ੍ਰਾਊਡ ਆਫ, ਜਿਹੜੇ ਆਰਮੀ ਨੂੰ ਆਰਮੀ ਬੀ ਸੀ ਆਰਮੀ ਰੈਜੀਮੈਂਟ ਨੂੰ ਘੱਲਿਆ ਗਿਆ ਸੀ ਵੀ ਤੁਸੀਂ ਕਾਮਾ ਘੱਟ ਮਾਰੂ ਦੀ ਸ਼ਿਪ ਨੂੰ ਮੋੜ ਦਿਓ, ਹਾਂਜੀ ਉਹਨਾਂ ਨੂੰ ਤੁਸੀਂ ਮੋੜ ਦਿਓ, ਹੁਣ ਉਸ ਉਹੀ ਰੈਜੀਮੈਂਟ ਦੇ ਲੈਫਟੀਨੈਂਟ ਖੜਨੋ ਹਰਜੀਤ ਸਿੰਘ ਸੱਜਣਾ, ਸਿੱਖ ਕੇਸਦਾਰੀ ਸਿੱਖ ਸਰਦਾਰ ਆ, ਮੇਰੇ ਖਿਆਲ ਉਹਨਾਂ ਦਾ ਟਾਸਕ ਵੀ ਪਹਿਲਾਂ ਇਹੀ ਸੀਗਾ, ਹਾਂਜੀ ਸਾਰੇ ਤੋਂ ਪਹਿਲਾਂ। ਸੋ ਹੀ ਇਜ਼ ਨਾਓ ਦ ਲੈਫਟੀਨੈਂਟ ਕਰਨਲ ਆਫ ਦੈਟ ਸੇਮ ਰੈਜੀਮੈਂਟ ਜਿਹਨਾਂ ਨੇ ਕਾਮਾ ਘੱਟ ਮਾਰੂ ਘੱਲਿਆ ਸੀ। ਸੋ ਸੱਚ ਅ ਗ੍ਰੇਟ ਐਗਜ਼ਾਮਪਲ ਵੀ ਆਪਾਂ ਉਸ ਵੇਲੇ ਕਿੱਥੇ ਸੀ, ਹੁਣ ਕਿੱਥੇ ਆ ਗਏ, ਅਤੇ ਆਪਾਂ ਫਿਊਚਰ ਬਾਰੇ ਦੇਖੀਏ ਵੀ ਆਪਾਂ ਹੋਰ ਲੋਕਾਂ ਨੂੰ ਕਿਵੇਂ ਐਜੂਕੇਟ ਕਰ ਸਕਦੇ ਹਾਂ ਅਤੇ ਹੋਰ ਆਪਾਂ ਅੱਗੇ ਕੀ ਕਰ ਸਕਦੇ ਹਾਂ। ਤੁਹਾਡਾ ਜੇ ਮੈਂ ਹੁਣ ਦੂਸਰੇ ਐਂਗਲ ਤੋਂ ਕੁਐਸਚਨ ਕਰਾਂ ਕਿ ਵੀ ਚਲੋ ਤੁਸੀਂ ਆਪਣੇ ਲੋਕ ਕਲੈਰੀਫਿਕੇਸ਼ਨ ਆਪ ਜਸਟੀਫਿਕੇਸ਼ਨ ਦੇ ਦਿੱਤੀ ਹੈ ਕਿ ਜਿਹੜੀ ਕੰਜ਼ਰਵੇਟਿਵ ਸਰਕਾਰ ਆ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੇ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਜਾਂ ਇੰਡੀਅਨਾਂ ਦੇ ਭਾਈਚਾਰੇ ਨੂੰ ਜਿਹਦੇ 'ਚ ਮੁਸਲਮਾਨ, ਹਿੰਦੂ ਅਤੇ ਸਿੱਖ ਤਿੰਨੇ ਇਕੱਠੇ ਸੀਗੇ, ਬੇਸ਼ੱਕ ਉਹਦੇ 'ਚ ਸਿੱਖ ਜ਼ਿਆਦਾ ਸੀਗੇ, ਲੇਕਿਨ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇੱਕ ਕਲੋਜ਼ਰ ਦੇਣ ਦੀ ਕੋਸ਼ਿਸ਼ ਕੀਤੀ ਆ। ਮੇਰੀ ਅਖੀਰ ਦੇ ਉੱਤੇ ਆ ਕੇ ਆ ਕਿ ਵੀ ਜਿਹੜਾ ਓਪੋਜੀਸ਼ਨ ਵੱਲੋਂ ਇੱਕ NDP ਵੱਲੋਂ ਇੱਕ ਬਿੱਲ ਆਇਆ ਸੀ, ਉਹਦੇ ਉੱਤੇ ਕਿਉਂਕਿ ਅਜੇ ਤੱਕ ਵੀ ਕੁਛ ਇੱਦਾਂ ਦੇ ਬੰਦੇ ਜਾਂ ਕੁਛ ਉੱਥੇ ਹੈਗੇ ਨੇ ਵੈਂਕੂਵਰ ਦੇ ਵਿੱਚ ਜਾਂ ਔਰਗਨਾਈਜੇਸ਼ਨਸ ਕਹਿ ਲਓ, ਉਹ ਅਜੇ ਤੱਕ ਵੀ ਇਸ ਚੀਜ਼ ਨਾਲ ਸੈਟਿਸਫਾਈ ਨਹੀਂ ਹੋਈਆਂ, ਉਹਦੇ ਬਾਰੇ ਤੁਹਾਡਾ ਕੀ ਖਿਆਲ? ਮੈਨੂੰ ਆਈ ਥਿੰਕ ਇਟਸ ਅਨਫੋਰਚੁਨੇਟ ਵੀ ਇਹ ਜਿਹੜੇ ਇਸ਼ੂਜ਼ ਨੇ ਆਪਾਂ ਉਹਨੂੰ ਕਹੋ ਵੀ ਪੋਲੀਟੀਕਲ ਗੇਮ ਬਣਾਈ ਜਾਂਦੇ ਹਾਂ ਜੀ, ਐਂਡ ਦੈਟਸ ਐਗਜੈਕਟਲੀ NDP ਨੇ ਕੀ ਕੀਤਾ, ਉਹਨੂੰ ਕੁਛ ਪੋਲੀਟੀਕਲ ਗੇਮ ਬਣਾਤਾ, ਬੜੀ ਇਮੋਸ਼ਨਲ ਜੀ ਗੱਲ ਆ ਇਹ, ਅਤੇ ਇਹਨੂੰ ਜੇ ਪ੍ਰੋਪਰਲੀ ਦੇਖਿਆ ਜਾਵੇ ਵੀ ਪ੍ਰਾਈਮ ਮਿਨਿਸਟਰ ਨੇ ਆਪ ਅਫਿਸ਼ਲੀ ਅਪੋਲੋਜਾਈਜ਼ ਕਰਤਾ, ਹਾਊਸ ਆਫ ਕਾਮਨ 'ਚ ਰੈਕਡ ਵੀ ਆ ਗਿਆ, $2.5 million ਦਿੱਤਾ ਗਿਆ ਵੀ ਤੁਸੀਂ ਐਜੂਕੇਟ ਕਰੋ। ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਲੈਟਸ ਮੂਵ ਫੋਰਵਰਡ, ਅਤੇ ਜਿਹੜੀ ਅਪੋਲੋਜੀ ਆ ਉਹਨੂੰ ਦੁਆਰੇ ਕਰਦੇ ਹਾਂ, ਉਹਦੀ ਵੈਲਿਊ ਨਹੀਂ ਰਹਿੰਦੀ, ਐਂਡ ਦੈਟਸ ਔਨ ਐਨੀ ਆਫ ਦੈਮ। ਆਈ ਮੀਨ ਇਟਸ ਰੀਅਲੀ ਇੰਪੋਰਟੈਂਟ ਵੀ ਆਪਾਂ ਸੋਚੀਏ, ਦੇਰ ਇਜ਼ ਕਈ ਵਾਰੀ ਕਹਿ ਦਿੰਦੇ ਨਾ ਵੀ ਸਾਡੀ ਅਪੋਲੋਜੀ ਹਾਊਸ ਆਫ ਕਾਮਨ 'ਚ ਨਹੀਂ ਕੀਤੀ, ਹੋਰ ਵੀ ਅਪੋਲੋਜੀ ਹਾਊਸ ਆਫ ਕਾਮਨ ਤੋਂ ਬਾਹਰ ਹੋਈਆਂ ਨੇ। ਉਸ ਗੱਲ ਨਾਲ ਅਸੀਂ ਸਮ ਪੀਪਲ ਡੂ ਸੇ ਦੈਟ। ਹਾਂਜੀ, ਵਨ ਮੋਰ ਕੁਐਸਚਨ ਔਨ ਦਿਸ ਸੇਮ ਸਬਜੈਕਟ,
ਮੇਰਾ ਖਿਆਲ 2008 ਨੂੰ ਆਈ ਥਿੰਕ ਔਨ ਦ 100th ਐਨੀਵਰਸਰੀ ਜਾਂ ਜਿਹੜਾ ਲਾਅ ਬਣਿਆ ਸੀ 3 ਅਗਸਤ 1908 ਦੇ ਵਿੱਚ ਬਣਿਆ ਸੀ, ਜਿਹੜੀ ਐਕਟ ਪਾਸ ਕੀਤੀ ਗਈ ਸੀ ਉਹਦੀ ਜਿਹੜੀ 100th ਐਨੀਵਰਸਰੀ ਸੀ, ਆਈ ਥਿੰਕ ਕਲੋਜ਼ ਟੂ ਦੈਟ ਜਿਹੜੀ ਬੀ ਸੀ ਗਵਰਨਮੈਂਟ ਸੀ ਉਹਨਾਂ ਨੇ ਆਪਣੇ ਵੱਲੋਂ ਇੱਕ ਯੂਨੈਨਮਸ ਇੱਕ ਜਿਹੜਾ ਮਤਾ ਪਾਸ ਕੀਤਾ ਆਪਣੇ ਹਾਊਸ ਆਫ ਜਿਹੜੇ ਹਾਊਸ ਆਫ ਕਾਮਨਸ ਤਾਂ ਨਹੀਂ ਮੈਂ ਕਹਿੰਦਾ ਲੈਜਿਸਲੇਟਿਵ ਅਸੈਂਬਲੀ ਜਿਹੜੀ ਆ ਉਹਦੇ ਜਿਹੜਾ ਮਤਾ ਪਾਸ ਕੀਤਾ ਯੂਨੈਨਮਸਲੀ ਹੋਇਆ ਔਰ ਉਹਨਾਂ ਨੇ ਉੱਥੋਂ ਕੀਤਾ ਕਿ ਉਸ ਤਰ੍ਹਾਂ ਦਾ ਕੋਈ ਨਹੀਂ ਬਣ ਸਕਦਾ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਸ ਚੀਜ਼ ਨੂੰ ਦੁਬਾਰਾ ਯਾਨੀ ਕਿ ਅਫੀਸ਼ਲੀ ਰੈਕਡ ਦੇ ਉੱਤੇ ਲਿਆਂਦਾ ਜਾਵੇ ਜਾਂ ਕਿ ਗਵਰਨਮੈਂਟ ਇਸ ਹੱਕ ਦੇ ਵਿੱਚ ਹੈਗੀ। ਪਰ ਈਵਨ ਹੁਣ ਜਿਹੜੀ ਅਪੋਲੋਜੀ ਕੀਤੀ ਹੈ ਨਾ, ਹਾਂਜੀ, ਪ੍ਰਾਈਮ ਮਿਨਿਸਟਰ ਵੱਲੋਂ ਜਿਹੜੇ ਫੁੱਲੀ ਉਹਨਾਂ ਨੇ ਜਿਹੜੇ ਜਿੰਨੇ ਉਹਨਾਂ ਨੇ ਲਾਭ ਵਰਤੇ ਆ ਉਹ ਸਾਰਾ ਰੈਕਡ ਹਾਊਸ ਆਫ ਕਾਮਨਸ ਦੇ ਵਿੱਚ ਹੁਣ ਵੀ ਆ, ਜਾ ਕੇ ਆਪਾਂ ਕੱਢ ਸਕਦੇ ਹਾਂ, ਅੱਜ ਕੱਢੋ ਜਾਂ 100 ਸਾਲਾਂ ਤੱਕ ਕੱਢੋ ਉਹ ਸਾਰਾ ਰੈਕਡ ਨਿਕਲ ਰਿਹਾ। ਸੋ ਇਟਸ ਆਲਰੇਡੀ ਬਿਨ ਡਨ ਐਂਡ ਫਰਸਟ ਗਵਰਨਮੈਂਟ, ਇਹ ਵੀ ਦੇਖ ਲਓ ਜੀ ਵੀ ਆਪਾਂ ਕਹਿ ਸਕਦੇ ਹਾਂ ਵੀ ਹੁਣ ਤੱਕ ਵੀ 100 ਸਾਲ ਹੋ ਗਏ ਕੋਈ ਗਵਰਨਮੈਂਟ ਨੇ ਕੁਛ ਨਹੀਂ ਕੀਤਾ, ਭਲਾਂ ਦੀ ਪੁਰਾਣੀਆਂ ਗਵਰਨਮੈਂਟਾਂ ਉਹਨਾਂ 'ਤੇ ਵੀ ਰਿਕੁਐਸਟ ਸੀ ਵੀ ਤੁਸੀਂ ਕੁਛ ਕਰੋ, ਉਹਨਾਂ ਨੇ ਕੁਛ ਨਹੀਂ ਕੀਤਾ। ਹੁਣ ਪਹਿਲੀ ਗਵਰਨਮੈਂਟ ਆ, ਪਹਿਲਾ ਹੀ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਕੀਤਾ ਵੀ ਆ, ਮੈਂ ਇਹ ਵੀ ਕਹਿੰਦਾ ਵਾ ਲਿਟਲ ਬਿਟ ਜੋਕਿੰਗ ਬਟ ਇਟਸ ਟਰੂ, ਜੇ ਹੈ ਨਾ ਹਾਊਸ ਆਫ ਕਾਮਨਸ ਦੇ ਵਿੱਚ ਅਪੋਲੋਜੀ ਉਸ ਟਾਈਮ ਕਰਦੇ ਸ਼ਾਇਦ ਲੋਕ ਇਹ ਵੀ ਕਹਿੰਦੇ ਵੀ ਨਹੀਂ ਵੀ ਪ੍ਰਾਈਮ ਮਿਨਿਸਟਰ ਤੁਸੀਂ ਉਸ ਲੋਕਾਂ ਕੋਲੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਆ ਕੇ ਅਪੋਲੋਜੀ ਮੰਗੋ, ਉੱਥੇ ਕਾਹਤੋਂ ਕਰਤੀ, ਸਾਡੇ ਕੋਲ ਇੱਥੇ ਆ ਕੇ ਮੰਗੋ। ਸੋ ਯੂ ਕੈਂਟ ਪਲੀਜ਼ ਐਵਰੀਬਡੀ, ਬਟ ਆਈ ਥਿੰਕ ਇੰਪੋਰਟੈਂਟ ਥਿੰਗ ਇਜ਼ ਵੀ ਬਹੁਤ ਰਿਸਪੈਕਟ ਨਾਲ ਕੀਤੀ ਗਈ ਹੈ ਜੀ, ਅਤੇ ਉਸ ਇਹ ਵੀ ਧਿਆਨ ਦਿੱਤਾ ਗਿਆ ਵੀ ਆਪਾਂ ਲੋਕਾਂ ਨੂੰ ਐਜੂਕੇਟ ਕਰੀਏ, ਇਹ ਨਹੀਂ ਕੀਤਾ ਗਿਆ ਵੀ ਓਕੇ ਵੀ ਸਾਡੀ ਹਿਸਟਰੀ ਆ ਮਾੜੀ ਹਿਸਟਰੀ ਆ ਵੀ ਆਪਾਂ ਪਿੱਛੇ ਸਰ ਦਈਏ, ਇਹ ਐਕਚੁਲੀ ਅੱਗੇ ਲਿਆਂਦੀ ਗਈ ਹੈ ਵੀ ਦਿਸ ਇਜ਼ ਮਿਸਟੇਕ ਹੋਇਆ ਵੀ ਕੈਨੇਡਾ ਵੱਲੋਂ, ਤੁਸੀਂ ਇਸ ਮਿਸਟੇਕ ਵੱਲੋਂ ਐਜੂਕੇਟ ਰੈਕਗਨਾਈਜ਼ ਪੂਰਾ ਰੈਕਗਨਾਈਜ਼ ਕੀਤਾ, ਅਤੇ ਪਹਿਲੀ ਗਵਰਨਮੈਂਟ ਪਹਿਲਾ ਪ੍ਰਾਈਮ ਮਿਨਿਸਟਰ ਜਿਹਨੇ ਰੈਕਗਨਾਈਜ਼ ਕੀਤਾ ਵਾ ਇਸ ਗੱਲ ਨੂੰ। ਅੱਛਾ, ਅਗਲਾ ਸਵਾਲ ਮੇਰਾ ਸ਼ਾਇਦ ਥੋੜ੍ਹੀ ਪਰਸਨਲ ਜ਼ਿੰਦਗੀ ਦੇ ਨਾਲ ਮੈਂ ਕਰਾਂਗਾ, ਇਫ ਯੂ ਡੋਂਟ ਮਾਈਂਡ। ਕੁਐਸਚਨ ਇਹ ਆ ਕਿ ਵੀ ਤੁਸੀਂ ਪਹਿਲਾਂ ਆਪਣੇ ਆਪ ਨੂੰ ਸਿੱਖ ਮੰਨਦੇ ਆ ਜਾਂ ਆਪਣੇ ਆਪ ਨੂੰ ਗਵਰਨਮੈਂਟ ਦਾ ਮਿਨਿਸਟਰ ਮੰਨਦੇ ਆ? ਹਾਂਜੀ, ਜੇ ਤਾਂ ਇਹ ਕਰੀਏ ਵੀ ਜੇ ਸਿੱਖ ਆ ਜਾਂ ਕੈਨੇਡੀਅਨ ਆ ਜਾਂ ਕਿੱਦਾਂ, ਆਈ ਥਿੰਕ ਦੋਜ਼ ਆਰ ਇੰਟਰਟਵਾਈਂਡ ਇਨ ਦ ਸੇਮ ਥਿੰਗ, ਬਿਕੋਜ਼ ਜੇ ਤੁਸੀਂ ਜਿਵੇਂ ਐਜ਼ ਏ ਕੈਨੇਡੀਅਨ, ਮੈਂ ਤਾਂ ਹੋਰ ਕੋਈ ਕਦੇ ਕੰਟਰੀ ਤਾਂ ਮੇਰੇ ਕੋਲ ਰਹੀ ਹੈ ਹੀ ਨਹੀਂ, ਦਿਸ ਇਜ਼ ਦੀ ਓਨਲੀ ਕੰਟਰੀ ਆਈ ਨੋ, ਇੱਥੋਂ ਦਾ ਹੀ ਬੋਰਨ ਆ, ਇੱਥੋਂ ਦਾ ਹੀ ਸਭ ਕੁਛ ਇਜ਼ ਬੇਸਡ ਔਨ ਬੀਇੰਗ ਕੈਨੇਡੀਅਨ, ਅਤੇ ਬਾਕੀ ਦਾ ਯੂ ਨੋ ਮਾਈ ਜੋਬ ਮਾਈ ਰੋਲ ਰਾਈਟ ਨਾਓ is to be a representative of the government, te us naal oh vi kise time keh lo vi oh vi time lang ju te sikh ta fer vi ha te fer you know canadian ta fer vi ha, so as of right now eh meri job ha te jehde mera title ha ja jo vi ha oh keh lo vi time di gall hai, jinna char lok chahunge vi eh government rahe te jinna char mere voter honge government in the vich short park de vich vi eh time vi sada ਰੈਪ੍ਰਜੈਂਟੇਟਿਵ ਰਹੇ ਉਹਨਾਂ ਚਿਰ ਮੌਨ ਉਸ ਸੇਵਾ ਦੇ ਵਿੱਚ ਵੀ ਹੈਗਾ। ਸਰਵ ਗਵਰਨਮੈਂਟ ਜਿਹੜੀ ਹੈ ਕੰਜ਼ਰਵੇਟਿਵ ਗਵਰਨਮੈਂਟ, ਉਹ ਥੋੜ੍ਹੀ ਐਂਟੀ ਇਮੀਗ੍ਰੇਸ਼ਨ ਪੋਲਿਸੀਜ਼ ਨੂੰ ਅਖਤਿਆਰ ਕਰਦੀ ਜਾ ਰਹੀ ਆ, ਤੁਹਾਡੇ ਉਹਦੇ 'ਤੇ ਕੀ ਕਮੈਂਟਸ ਨੇ? ਮੈਂ ਇਸ ਗੱਲ ਤੋਂ ਜਮ੍ਹਾਂ ਹੀ ਨਹੀਂ ਐਗਰੀ ਕਰਦਾ, ਬਿਕੋਜ਼ ਇਹ ਆ ਵੀ ਅਨਫੋਰਚੁਨੇਟਲੀ ਜਿਹੜੀ ਪਿਛਲੀ ਗਵਰਨਮੈਂਟ ਹੈ ਨਾ, ਉਹਨਾਂ ਨੇ ਇਸ ਇਮੀਗ੍ਰੇਸ਼ਨ ਸਿਸਟਮ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਹੋਈ ਨਹੀਂ, ਅਤੇ ਜਿਹੜੀ ਇਮੀਗ੍ਰੇਸ਼ਨ ਜਿਹੜੀ ਬੈਕਲੋਗ ਆ ਉਹ ਵੱਧ ਹੀ ਰਹੀ, ਅਤੇ ਉਹਨਾਂ ਨੂੰ ਫਿਕਸ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹਦੇ ਕਰਕੇ ਹੁਣ ਸਾਨੂੰ ਇਹ ਕਹਿ ਲਓ ਵੀ ਕਰੇ ਬੜੇ ਬੋਲਡ ਸਟੈਪਸ ਲੈਣੇ ਪੈ ਰਹੇ ਆ ਵੀ ਇਹਨੂੰ ਸਿਸਟਮ ਨੂੰ ਫਿਕਸ ਕਰੀਏ। ਗਿਵ ਯੂ ਅ ਕਪਲ ਐਗਜ਼ਾਮਪਲਸ ਬਿਕੋਜ਼ ਆਰ ਟੂ ਡਿਫਰੈਂਟ ਸਿਚੁਏਸ਼ਨਸ। ਜਿਹੜੇ ਫੈਡਰਲ ਸਕਿੱਲਡ ਵਰਕਰ ਦਾ ਪ੍ਰੋਗਰਾਮ ਆ, ਇਹ ਦੇਖ ਲਓ ਵੀ ਇੱਥੇ ਕੈਨੇਡਾ ਦੇ ਵਿੱਚ ਆਪਾਂ ਨੂੰ ਅਨਇੰਪਲੋਇਮੈਂਟ ਹੈਗੀ ਆ, ਕੁਛ ਇਹੋ ਜਿਹੀ ਜੋਬਸ ਆ ਜਿੱਥੇ ਇਹਨੂੰ ਫਿਲ ਕਰਨ ਦੀ ਲੋੜ ਆ। ਹਾਂਜੀ, ਆਪਾਂ ਇਮੀਗ੍ਰੈਂਟ ਲਿਆਉਂਦੇ ਹਾਂ ਉਸ ਕੈਟਾਗੋਰੀ ਦੇ ਵਿੱਚ ਜਿਹੜੇ ਇੱਥੇ ਆ ਕੇ ਉਹਨਾਂ ਨੂੰ ਫਿਰ ਨਹੀਂ ਜੋਬ ਮਿਲਦੀ। ਹਾਂਜੀ, ਰਾਈਟ, ਸੋ ਇਟ ਮੇਕਸ ਨੋ ਸੈਂਸ, ਕੋਈ ਅਨਫਿਲਡ ਜੋਬ। ਇਹ ਮੇਰਾ ਸਵਾਲ ਅਗਲਾ। ਹਾਂਜੀ, ਦੈਟਸ ਐਨ ਅਨਫਿਲਡ ਜੋਬ, ਤੇ ਇਮੀਗ੍ਰੈਂਟ ਆਪਾਂ ਲਿਆ ਰਹੇ ਹਾਂ ਉਹਨਾਂ ਨੂੰ ਜੋਬ ਕੁਆਲੀਫਾਈ ਨਹੀਂ ਕਰ ਰਹੇ ਜਾਂ ਉਹ ਉਦੋਂ ਜੋਬ ਫਿਲ ਨਹੀਂ ਕਰ ਸਕਦੇ, ਫਿਰ ਆਪਾਂ ਕੀ ਕਰ ਰਹੇ ਹਾਂ ਟੈਂਪਰੇਰੀ ਵਰਕਰ ਲਿਆ ਕੇ ਉਹ ਜੋਬ ਫਿਲ ਕਰਦੇ ਹਾਂ। ਸੋ ਇਟਸ ਅ ਬ੍ਰੋਕਨ ਸਿਸਟਮ, ਤੇ ਨਾਲੇ ਫਿਰ 8 ਸਾਲ ਲੱਗ ਜਾਂਦੇ ਆ ਅਪਰੂਵ ਹੋਣ ਲਈ। ਵਾਈ ਨਾਟ ਵੀ ਸਿਸਟਮ ਹੀ ਇਹੋ ਜਿਹਾ ਹੋਣਾ ਚਾਹੀਦਾ ਵੀ ਜੇ ਇੱਥੇ ਅਨਫਿਲਡ ਜੋਬ ਆ ਅਤੇ ਕੋਈ ਕੈਨੇਡੀਅਨ ਉਸ ਜੋਬ ਨੂੰ ਫਿਲ ਨਹੀਂ ਕਰ ਸਕਦੇ, ਫਿਰ ਉਹਨਾਂ ਨੂੰ ਚਾਹੀਦਾ ਵੀ ਕੁਛ ਟਾਈਮ ਦੇ ਵਿੱਚ, ਨਾ 8 ਸਾਲਾਂ ਨੂੰ ਨਹੀਂ ਪਰ ਕੁਛ ਹਫ਼ਤਿਆਂ ਦੇ ਵਿੱਚ, ਕੁਛ ਮਹੀਨਿਆਂ ਦੇ ਵਿੱਚ ਇਮੀਗ੍ਰੈਂਟ ਇਹੋ ਜਿਹੇ ਆਵੇ ਇੱਥੇ ਆਉਣ ਸਾਰ ਉਹਨਾਂ ਨੂੰ ਜੋਬ ਵੀ ਮਿਲੇ ਅਤੇ ਉਸ ਜੋਬ ਵਾਸਤੇ ਸਪੈਸੀਫਿਕਲੀ ਆਉਣ। ਸੋ ਵਟ ਵੀ ਇਨਵਿਜ਼ਨ ਇਜ਼ ਕੋਈ ਨਵਾਂ ਪ੍ਰੋਗਰਾਮ ਜੀ ਜਿਹਦੇ ਵਿੱਚ ਇਹ ਕਰੀਏ ਵੀ ਇਮੀਗ੍ਰੈਂਟ ਆਪਣਾ ਰੈਜ਼ਮੇ ਅਤੇ ਬਾਇਓਡਾਟਾ ਵਗੈਰਾ ਸਾਰਾ ਔਨਲਾਈਨ ਲਾਉਣ, ਕੋਈ ਪੂਲ ਦੇ ਵਿੱਚ ਪਾਉਣ, ਇੱਥੋਂ ਦੀ ਕੰਪਨੀ ਦੇਖਣ ਵੀ ਹਾਂ ਵੀ ਸਾਨੂੰ ਇਹ ਇਮੀਗ੍ਰੈਂਟ ਗੁੱਡ ਲੱਗਦਾ, ਅਸੀਂ ਇਹਨਾਂ ਨੇ ਇੰਟਰਵਿਊ ਕਰ ਲਈ, ਇਹਨਾਂ ਦੇ ਸਾਰੇ ਕੁਆਲੀਫਿਕੇਸ਼ਨ ਠੀਕ ਆ ਵੀ ਜਿੱਦਣ ਇੱਥੇ ਆ ਗਏ ਸਾਡੇ ਕੰਮ 'ਤੇ ਕੰਮ ਕਰ ਸਕਦੇ ਆ। ਸੋ ਉਹ ਇਹੋ ਜਿਹੇ ਪ੍ਰੋਗਰਾਮ ਚਾਹੀਦਾ ਵੀ ਜਦੋਂ ਉਹਨਾਂ ਨੇ ਸੱਦਿਆ ਵਾ ਫਾਸਟ ਟਰੈਕ ਕਰਕੇ ਅਤੇ ਉਹ ਇਮੀਗ੍ਰੈਂਟ ਇੱਥੇ ਆ ਕੇ ਔਨ ਸਾਰ ਕੰਮ 'ਤੇ ਲੱਗ ਜਾਵੇ। ਜੇ ਇਮੀਗ੍ਰੈਂਟ ਸਕਸੈਸਫੁਲ ਆ
ਉਸ ਦੇ ਨਾਲ ਇਮੀਗ੍ਰੈਂਟ ਵੀ ਖੁਸ਼ ਅਤੇ ਕੈਨੇਡਾ ਐਜ਼ ਏ ਹੋਲ ਸਕਸੈਸਫੁਲ ਅਤੇ ਉਹ ਵੀ ਖੁਸ਼ ਅਤੇ ਨਾਲ ਉਹਨਾਂ ਦੀ ਫੈਮਿਲੀ ਹੈਪੀ ਜੀ ਦ ਸਿਸਟਮ ਵੀ ਹੈਵ ਰਾਈਟ ਨਾਓ ਇਟਸ ਬ੍ਰੋਕਨ ਅਤੇ ਜਿਹੜੀ ਇਸ ਵੇਲੇ ਜਿਹੜਾ ਤੁਸੀਂ ਕਹਿੰਦੇ 8 ਸਾਲ ਲੱਗਦੇ ਹੁਣ ਬਿਲਕੁਲ ਸਸਪੈਂਡ ਕੀਤਾ ਫੈਡਰਲ ਜਿਹੜਾ ਆਪਣੇ ਫੈਡਰਲ ਸਕਿੱਲ ਵਰਕਰ ਆ ਹਾਂਜੀ ਕਦੋਂ ਤੁਹਾਡੇ ਹਿਸਾਬ ਦੇ ਨਾਲ ਐਸਟੀਮੇਟਿਡ ਜਿਹੜਾ ਗੈਸ ਤੁਸੀਂ ਕਹਿ ਸਕਦੇ ਮੈਂ ਤੁਹਾਨੂੰ ਨਹੀਂ ਆਈ ਵੋਂਟ ਹੋਲਡ ਯੂ ਟੂ ਦ ਡੇਟਸ ਲੇਕਿਨ ਇਹ ਹੈ ਕਿ ਵੀ ਉਸ ਦੇ ਨਾਲ ਨਾਲ ਅਸੀਂ ਜਿਹੜੇ ਸਾਡੇ ਵੇਖਣ ਵਾਲੇ ਸਾਡੇ ਵਿਊਰਸ ਨੇ ਉਹਨਾਂ ਨੂੰ ਅਸੀਂ ਇਹ ਗੱਲ ਸ਼ੇਅਰ ਕਰੀਏ ਕਿ ਵੱਟ ਡਜ਼ ਦ ਗਵਰਨਮੈਂਟ ਐਂਟੀਸੀਪੇਟ ਕਿ ਵੀ ਕਦੋਂ ਤੱਕ ਅਸੀਂ ਹੋ ਸਕਦਾ ਇਹ ਜਿਹੜਾ ਵਾਪਸ ਜਿਹੜਾ ਪ੍ਰੋਗਰਾਮ ਇਨ ਸਵਿੰਗ ਆ ਜਾਏਗਾ ਹਾਂਜੀ ਇਸ ਪ੍ਰੋਗਰਾਮ 'ਤੇ ਇਸ ਵੇਲੇ ਵੀ ਵਰ ਵਰਕਿੰਗ ਔਨ ਰਾਈਟ ਨਾਓ ਹਾਂਜੀ ਦੇਖ ਰਹੇ ਹਾਂ ਵਰ ਡੂਇੰਗ ਸਮ ਕੰਸਲਟੇਸ਼ਨ ਸੀ ਉਸ ਜਿਹੜਾ ਬਿਹਾਈਂਡ ਦ ਸੀਨਸ ਜਿਹੜੀ ਵਰਕ ਕਰਨ ਨਾਲ ਆ ਉਹ ਕਰ ਰਹੇ ਹਾਂ ਅਤੇ ਉਹ ਮੈਨੂੰ ਲੱਗਦਾ ਵੀ ਲੈਟਸ ਸੇ ਈਵਨ 1.5 ਸਾਲ ਤੱਕ ਉਸ ਨਵਾਂ ਪ੍ਰੋਗਰਾਮ ਨੂੰ ਪੇਸ਼ ਕਰਾਂਗੇ ਜਿਹਦੇ ਵਿੱਚ ਮਚ ਮੋਰ ਫਲੈਕਸੀਬਲ ਪ੍ਰੋਗਰਾਮ ਅਤੇ ਇਮੀਗ੍ਰੈਂਟ ਵਾਸਤੇ ਵੀ ਫਾਇਦਾ ਹੋਵੇ ਅਤੇ ਕੈਨੇਡੀਅਨ ਵਾਸਤੇ ਵੀ ਜਿਹੜਾ ਕੈਨੇਡੀਅਨ ਇਕਨੋਮੀ ਲਈ ਕੈਨੇਡੀਅਨ ਕਲਚਰ ਵਾਸਤੇ ਸਾਰੇ ਓਵਰਆਲ ਕੈਨੇਡਾ ਵਾਸਤੇ ਵੀ ਫਾਇਦਾ ਹੋਵੇ ਵੀ ਜਿਹੜੇ 8 ਸਾਲਾਂ ਨੂੰ ਜੇ ਇਮੀਗ੍ਰੈਂਟ ਨਹੀਂ ਆਉਣਾ ਹਾਲੇ ਉਹ ਵੀ ਕੋਈ ਪਤਾ ਨਹੀਂ ਉਹ ਜੋਬ ਇੱਥੇ ਹੈਗੀ ਕਿ ਨਹੀਂ ਸੋ ਵਾਈ ਨੋਟ ਹੈਵ ਦੈਟ ਇਮੀਗ੍ਰੈਂਟ ਕਮ ਐਂਡ ਫਿਲ ਦੈਟ ਜੋਬ ਐਟ ਦੈਟ ਟਾਈਮ ਪਲੱਸ ਉਹਨਾਂ ਦੇ ਜਿਹੜੇ ਕ੍ਰੈਡੈਂਸ਼ਲਸ ਆ ਪਹਿਲਾਂ ਚੈੱਕ ਕੀਤੇ ਜਾਣ ਹਾਂਜੀ ਇੱਥੇ ਇੰਨੇ ਜ਼ਿਆਦਾ ਇਮੀਗ੍ਰੈਂਟ ਮਿਲਦੇ ਆ ਉਹ ਜੋ ਕਹਿੰਦੇ ਵੀ ਸਾਨੂੰ ਇੱਥੇ ਸਾਦਾ ਲਿਆ ਪਰ ਸਾਨੂੰ ਹੁਣ ਸਾਡੀ ਕੁਆਲੀਫਿਕੇਸ਼ਨ ਨਹੀਂ ਮੈਚ ਕਰਦੇ ਜਾਂ ਸਾਨੂੰ ਯੂ ਨੋ ਵੀਵ ਟ੍ਰਾਈਡ ਐਂਡ ਵੀ ਕੈਂਟ ਫਾਈਂਡ ਅ ਜੋਬ ਸੋ ਵਾਈ ਡਿਡ ਯੂ ਬ੍ਰਿੰਗ ਅਸ ਹੇਅਰ ਇਹ ਐਕਚੁਲੀ ਮੇਰਾ ਅਗਲਾ ਕੁਐਸਚਨ ਇਹ ਹੀ ਸੀਗਾ ਕਿ ਵੀ ਸਾਡੇ ਮੈਟਰੋ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਆ ਜੀ ਟੀ ਏਰੀਏ ਦੇ ਵਿੱਚ ਕਿ ਯੂ ਵਿਲ ਫਾਈਂਡ ਮੋਰ ਡਾਕਟਰਸ ਐਂਡ ਲੋਇਰਸ ਡਰਾਈਵਿੰਗ ਟੈਕਸੀ ਦੈਟਸ ਰਾਈਟ ਦੈਨ ਯੂ ਵਿਲ ਫਾਈਂਡ ਐਨੀ ਐਂਡ ਸਮਟਾਈਮਸ ਇਟਸ ਟਰੂ ਹਾਂਜੀ ਹਾਂਜੀ ਕਾਫੀ ਹੱਦ ਤੱਕ ਟਰੂ ਹੋਇਆ ਵੀ ਹੈ ਉਹ ਟ੍ਰਾਂਜੈਕਸ਼ਨ ਜਿਹੜਾ ਪੀਰੀਅਡ ਸੀਗਾ ਜਾਂ ਜਿਹੜੀ ਇੰਟੀਗ੍ਰੇਸ਼ਨ ਦੇ ਜਿਹੜੇ ਜਿਹੜਾ ਸੀਗਾ ਕੈਨੇਡਾ ਗਵਰਨਮੈਂਟ ਨੇ ਉਹਦੇ ਬਾਰੇ ਅੱਜ ਤੱਕ ਕੀ ਪ੍ਰੋਗਰਾਮ ਉਲੀਕੇ ਜਾਂ ਕੀ ਕੀਤਾ ਕੰਜ਼ਰਵੇਟਿਵ ਗਵਰਨਮੈਂਟ ਨੇ ਕੀ ਕੀਤਾ ਉਹਦੇ ਬਾਰੇ ਕੁਝ ਉਹਦੇ 'ਤੇ ਤੁਸੀਂ ਗੱਲ ਕਹਿਣਾ ਚਾਹੋ ਹਾਂਜੀ ਫਸਟ ਥਿੰਗ ਇਜ਼ ਟੂ ਅੰਡਰਸਟੈਂਡ ਵੀ ਜਿਹੜੇ ਕ੍ਰੈਡੈਂਸ਼ਲ ਰੈਕਗਨੀਸ਼ਨ ਕਰਨ ਲਈ ਉਹ ਹੈਗੇ ਅੱਡ ਅੱਡ ਐਸੋਸੀਏਸ਼ਨ ਬਣੇ ਹਰੇਕ ਪ੍ਰੋਵਿੰਸ ਦੇ ਵਿੱਚ ਡਿਫਰੈਂਟ ਆ ਸੋ ਇਟਸ ਐਂਡ ਦੇ ਨੋਟ ਗਵਰਨਮੈਂਟ ਕੰਟਰੋਲਡ ਨਾ ਫੈਡਰਲ ਨਾ ਪ੍ਰੋਵਿੰਸ ਔਰ ਵਟਐਵਰ ਸੋ ਉਹ ਗਵਰਨਮੈਂਟ ਦੇ ਨਹੀਂ ਸੋ ਮੈਡੀਕਲ ਐਸੋਸੀਏਸ਼ਨ ਬਾਰ ਐਸੋਸੀਏਸ਼ਨ ਵੈਲਡਿੰਗ ਵਾਲੇ ਸਾਰੇ ਜਿਵੇਂ ਅੱਡ ਅੱਡ ਬਣੇ ਹੋਏ ਆ ਹਨਾ ਅਕਾਊਂਟੈਂਟ ਦੇ ਅੱਡ ਆ ਸੋ ਉਸ ਐਸੋਸੀਏਸ਼ਨ ਨੂੰ ਗਵਰਨਮੈਂਟ ਟੋਟਲ ਕੰਟਰੋਲ ਨਹੀਂ ਕਰ ਸਕਦੇ ਹਾਂਜੀ ਪਰ ਉਹਨਾਂ ਨੂੰ ਵਰਕ ਕਰ ਸਕਦੇ ਹਾਂ ਉਹਨਾਂ ਨੂੰ ਇਨਕਰੇਜ ਕਰ ਸਕਦੇ ਹਾਂ ਵੀ ਜਿਹੜੇ ਫੋਰਨ ਸਕਿੱਲਡ ਵਰਕਰ ਆਉਂਦੇ ਆ ਵੀ ਉਹਨਾਂ ਦੀ ਡਿਗਰੀਜ਼ ਨੇ ਜਾਂ ਕੋਈ ਸਰਟੀਫਿਕੇਟ ਸਰਟੀਫਿਕੇਸ਼ਨ ਆ ਵੀ ਉਹਨਾਂ ਨੂੰ ਕਿੱਦਾਂ ਰੈਕਗਨਾਈਜ਼ ਕਰ ਸਕਦੇ ਹਾਂ ਕਿਹੜੇ ਪ੍ਰੋਗਰਾਮ ਦੇ ਥਰੂ ਤੁਸੀਂ ਪਾ ਕੇ ਉਹਨਾਂ ਦੀ ਅਵੈਲਿਊਏਟ ਕਰ ਸਕਦੇ ਹਾਂ ਸੋ ਉਸ ਕਾਫੀ ਜ਼ਿਆਦਾ ਗਵਰਨਮੈਂਟ ਨੇ ਪੈਸੇ ਵੀ ਲਾਏ ਆ ਕਮਿਟਮੈਂਟ ਵੀ ਕੀਤੀ ਆ ਇਮੀਗ੍ਰੈਂਟਸ ਦੇ ਨਾਲ ਪਿਛਲੇ ਕੈਂਪੇਨ ਦੇ ਵਿੱਚ ਕਮਿਟਮੈਂਟ ਕੀਤੀ ਸੀ ਅਸੀਂ ਇਹੋ ਜਿਹੇ ਪ੍ਰੋਗਰਾਮ ਵੀ ਸ਼ੁਰੂ ਕਰਨ ਨੂੰ ਤਿਆਰ ਹਾਂ ਵੀ ਜੇ ਇਮੀਗ੍ਰੈਂਟਾਂ ਨੂੰ ਕੁਛ ਪੈਸਿਆਂ ਦੀ ਲੋੜ ਆ ਜਿਵੇਂ ਸਮਾਲ ਲੋਨ ਉਹਨਾਂ ਨੂੰ ਲੋਨ ਵੀ ਦੇ ਸਕਦੇ ਹਾਂ ਵੀ ਤੁਸੀਂ ਆਪਦੇ ਟੈਕਸ ਬੁੱਕਸ ਬਾਏ ਕਰ ਲਓ ਕਈ ਸਕੂਲ ਦੀ ਫੀਸਿਸ ਕਾਫੀ ਹੁੰਦੀਆਂ ਨੇ ਉਹਦੇ ਵਾਸਤੇ ਵੀ ਹੈਲਪ ਕਰਨ ਨੂੰ ਤਿਆਰ ਹਾਂ ਵੀ ਤੁਹਾਡੀ ਜਿਹੜੀ ਅਪਗ੍ਰੇਡਿੰਗ ਕਰਕੇ ਅਤੇ ਤੁਸੀਂ ਆਪਣੇ ਸਰਟੀਫਿਕੇਟ ਰੈਕਗਨਾਈਜ਼ ਕਰ ਲਈਏ ਪਰ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਵੀ ਉਸੇ ਨਾਲ ਨਾਲ ਵਾਈ ਨਾਟ ਵੀ ਆਪਾਂ ਉਹਨਾਂ ਨੂੰ ਸੱਦੀਏ ਜਿਨ੍ਹਾਂ ਦੇ ਪਹਿਲਾਂ ਹੀ ਇਸ ਗੱਲ ਨੂੰ ਕਲੀਅਰ ਅਪ ਹੋਏ ਹੋਵੇ ਬਿਫੋਰ ਦੇ ਕਮ ਟੂ ਦਿਸ ਕੰਟਰੀ ਜਿਹੜੀ ਮਰਜ਼ੀ ਕੰਟਰੀ 'ਚ ਆਏ ਹੋਣ ਹਾਂਜੀ ਪਹਿਲਾਂ ਹੀ ਉਹਨਾਂ ਨੂੰ ਅੰਡਰਸਟੈਂਡਿੰਗ ਹੋਵੇ ਵੀ ਜਿਹੜੀ ਮੇਰੀ ਡਿਗਰੀ ਆ ਦੇ ਇਟ ਵਰਕਸ ਕੈਨੇਡਾ ਜਾ ਕੇ ਇਹਦਾ ਕੈਨੇਡਾ ਜਾ ਕੇ ਇਹਦੀ ਵੈਲਿਊ ਹੈਗੀ ਆ ਐਂਡ ਦੇ ਸ਼ੁੱਡ ਨੋ ਦੈਟ ਬਿਕਾਜ਼ ਦੈਟਸ ਓਨਲੀ ਫੇਅਰ ਟੂ ਦੀ ਇਮੀਗ੍ਰੈਂਟ ਆਪਣੀ ਸਾਰੀ ਫੈਮਿਲੀ ਇੱਥੇ ਲੈ ਆਉਂਦੇ ਆ ਇੱਥੇ ਆ ਕੇ ਜੋਬ ਨਹੀਂ ਮਿਲਦੀ ਐਂਡ ਉਹ ਆਪ ਵੀ ਦੁਖੀ ਪਤਾ ਹੀ ਆ ਨਾ ਹੀ ਮੁੜ ਕੇ ਜਾਣ ਜੋਗੇ ਆ ਸੋ ਦੈਟਸ ਵਾਈ ਵੀ ਨੀਡ ਟੂ ਫਿਕਸ ਦੈਟ ਐਂਡ ਇੰਨੀਆਂ ਜ਼ਿਆਦਾ ਸਟੋਰੀ ਸੁਣੀਆਂ ਨੇ ਸੋ ਇਟਸ ਵਿਚ ਸੋ ਇੰਪੋਰਟੈਂਟ ਵੀ ਉਹ ਫਿਕਸ ਕਰ ਦਈਏ ਆਨ ਦੀ ਅਦਰ ਥਿੰਗ ਇਟ ਮੇਕਸ ਨੋ ਸੈਂਸ ਬਿਕਾਜ਼ ਉਹ ਜਿਹੜਾ ਪ੍ਰੋਗਰਾਮ ਸੀ ਪੁਰਾਣਾ ਨਾ ਸੈਟ ਅਪ ਬਾਈ ਦ ਪ੍ਰੀਵੀਅਸ ਗਵਰਨਮੈਂਟ ਇਟ ਡਜ਼ਨਟ ਡਿਸਾਈਡ ਉਹ ਇਹ ਜਮ੍ਹਾਂ ਨਹੀਂ ਦੇਖਦੇ ਵੀ ਜਿਹੜੇ ਕੈਨੇਡਾ ਦੇ ਵਿੱਚ ਇਕਨੋਮਿਕਲੀ ਜਾਂ ਜੋਬਸ ਦੀ ਲੋੜ ਆ ਵੀ ਉਹੀ ਕਹਿ ਲਓ ਵੀ ਐਪਲੀਕੇਸ਼ਨਸ ਲਈਏ ਹਾਂਜੀ ਉਹ ਸਾਰੀ ਐਪਲੀਕੇਸ਼ਨਸ ਲੈਂਦੇ ਆ ਤਾਂ ਹੀ ਇਹ ਬੈਕਲੋਗ ਇੰਨਾ ਜ਼ਿਆਦਾ ਹੋ ਗਿਆ ਜਿਹੜੇ ਆਪਣੇ ਇੱਥੇ ਕੈਨੇਡਾ ਦੇ ਵਿੱਚ ਟੀਚਰਸ ਹੁਣ ਐਜੂਕੇਟ ਹੋ ਕੇ ਉਹਨਾਂ ਨੂੰ ਜੋਬ ਨਹੀਂ ਮਿਲਦੀ ਪਲੱਸ ਆਪਾਂ ਟੀਚਰ ਹੋਰ ਸੱਦੀ ਜਾਂਦੇ ਹਾਂ ਉਹ ਟੀਚਰ ਉਹ ਵੀ ਟੀਚਰਾਂ ਨੇ ਕਹਿਣਾ ਵੀ ਸਾਨੂੰ ਨਹੀਂ ਜੋਬ ਮਿਲ ਰਹੀ ਹਾਂਜੀ ਇਟ ਮੇਕਸ ਨੋ ਸੈਂਸ ਸੋ ਦੈਟਸ ਵੀ ਨੀਡ ਟੂ ਫਿਕਸ ਦ ਸਿਸਟਮ ਫੈਡਰਲ ਸਪੋਰਟ ਆਪਣੇ ਫੈਡਰਲ ਜਿਹੜੇ ਸਕਿੱਲਡ ਵਰਕਰ ਆ ਉਹਨਾਂ ਦਾ ਤਾਂ ਅਸੀਂ ਇੱਕ ਸਾਈਡ 'ਤੇ ਕਰ ਲਿਆ ਹੁਣ ਅਸੀਂ ਇਸ਼ੂ ਲੈਂਦੇ ਹਾਂ ਪੇਰੈਂਟਸ ਦਾ ਜਿਹੜੇ ਜਾਣੀ ਕਿ ਜਿਹੜੇ ਸਸਪੈਂਡ ਕੀਤਾ ਹੈ ਦੈਟ ਇਜ਼ ਅਨਲਿਮਿਟਡ ਅਣਮਿੱਥੇ ਸਮੇਂ ਦੇ ਲਈ ਜਾਣੀ ਕਿ ਇਨਡੈਫੀਨਿਟਲੀ ਤਾਂ ਨਹੀਂ ਮੈਂ ਕਹਾਂਗਾ ਲੇਕਿਨ ਅਣਮਿੱਥੇ ਸਮੇਂ ਦੇ ਲਈ ਉਹ ਸਸਪੈਂਡ ਨਹੀਂ ਉਹ ਕਿਹਾ ਸੀ ਕਿ 2 ਸਾਲ ਲਈ ਸਸਪੈਂਡ ਕਰਕੇ ਇੱਕ ਤਾਂ ਜਿਹੜੇ ਬੈਕਲੋਗ ਸੀ ਉਹ ਵੀ ਹੁਣ ਐਵਰੀਵੇਅਰ ਬਿਟਵੀਨ 5-6-7 ਈਅਰਸ 6-7 ਸਾਲ ਲੱਗਣ ਲੱਗ ਗਏ ਸੀ ਉਹਨਾਂ ਨੂੰ ਐਪਲੀਕੇਸ਼ਨ ਕਰਨਾ ਅਤੇ ਬੜੀ ਕਹਿ ਲਓ ਵੀ ਮਾੜੀ ਗੱਲ ਆ ਵੀ ਜੇ ਪੇਰੈਂਟਸ ਨੂੰ ਸੱਦ ਰਹੇ ਹਾਂ ਤਾਂ ਉਹ 7 ਸਾਲਾਂ ਬਾਅਦ 'ਚ ਆਉਣ ਬਜ਼ੁਰਗ ਤਾਂ ਪਹਿਲਾਂ ਹੀ ਹੁੰਦੇ ਆ ਅਤੇ ਫਿਰ ਉਹਨਾਂ ਨੂੰ ਹੋਰ ਟਾਈਮ ਲੱਗ ਜਾਂਦਾ ਸੋ ਅਸੀਂ ਇਹ ਕਿਹਾ ਸੀ ਵੀ ਇੱਕ ਤਾਂ ਜਿਹੜੇ ਸਟਾਪ ਕਰਕੇ ਨਵੇਂ ਐਪਲੀਕੇਸ਼ਨ ਹੀ ਲੈਣੇ ਹੁਣ ਅਤੇ ਜਿਹੜੇ ਪੁਰਾਣੇ ਐਪਲੀਕੇਸ਼ਨ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਸੈਸ ਕਰ ਰਹੀ ਹਾਂ ਉਹ ਕੁਛ ਟਾਈਮ ਲੱਗੂ ਪਰ ਉਹ ਛੇਤੀ ਤੋਂ ਛੇਤੀ ਪ੍ਰੋਸੈਸ ਕਰ ਦਾਂਗੇ ਦੈਨ ਵੀ ਨੀਡ ਅ ਪ੍ਰੋਗਰਾਮ ਵੀ ਜਿੰਨੇ ਕੁ ਐਪਲੀਕੇਸ਼ਨ
ਨੈਕਸਟ ਟਾਈਮ 1000 ਫੇਰ ਵੇਚਤੀਆਂ 200 ਫੇਰ ਹੀ ਚੜ੍ਹਨੇ ਆ। ਸੋ ਇਟ ਮੇਕਸ ਨੋ ਸੈਂਸ। ਇਹ ਫੇਰ ਸਿਸਟਮ ਕਹੋ ਪੁਰਾਣਾ ਸਿਸਟਮ ਆ ਜਿਹਦੇ ਵਿੱਚ ਇਟ ਵਾਜ਼ਨਟ ਮੇਡ ਵੀ ਇੰਨੇ ਐਪਲੀਕੇਸ਼ਨਸ ਵਾਸਤੇ ਉਹ ਨਹੀਂ ਬਣਿਆ ਹੋਇਆ ਸੀਗਾ ਅਤੇ ਉਹ ਬੈਕਲੋਗ ਹੀ ਵਧੀ ਗਿਆ। ਅਤੇ ਜੇ ਅਸੀਂ ਲਈਏ ਜਿੱਦਾਂ ਤੁਸੀਂ ਕਿਹਾ ਕਿ ਵੀ ਸਿਲੈਕਟਡ ਹੋਣੇ ਆ ਉਹਦੇ ਮੈਰਿਟਸ ਦੇ ਉੱਤੇ ਹੋਣੇ ਜਾਂ ਸਿਲੈਕਟਡ ਯਾ ਦੇਰ ਸ਼ੁਡ ਬੀ ਸਮ ਕੈਟਾਗੋਰੀਜ਼ ਕੁਛ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਵੀ ਉਸਦੇ ਵਿੱਚ ਆਪਾਂ ਕਿਹੜੇ ਕੰਡੀਸ਼ਨ ਰੱਖਾਂਗੇ। ਮੁਸ਼ਟੋ ਇਹਦੇ 'ਤੇ ਆਪਾਂ ਕਰ ਰਹੇ ਹਾਂ ਵੀ ਕੰਸਲਟੇਸ਼ਨਸ ਕਰ ਰਹੇ ਹਾਂ ਆਲਰੇਡੀ ਅਕ੍ਰੋਸ ਦ ਕੰਟਰੀ। ਇਮੀਗ੍ਰੇਸ਼ਨ ਮਿਨਿਸਟਰ ਜੇਸਨ ਕੈਨੀ ਨੇ ਕਾਲ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀਗਾ ਵੀ ਵਰ ਗੋਇੰਗ ਡੂ ਦੀਸ ਕੰਸਲਟੇਸ਼ਨਸ। ਉਸਦੇ ਵਿੱਚ ਜਿਵੇਂ ਆਪਾਂ ਨੂੰ ਕੰਸਿਡਰ ਕਰਨਾ ਚਾਹੀਦਾ ਜੇ ਕੋਈ ਬਜ਼ੁਰਗ ਆ, ਲੈਟਸ ਯੂ ਨੋ ਵੈਦਰ ਇਟਸ ਬੋਥ ਔਰ ਜਾਂ ਕੋਈ ਵਿਡੋ ਆ, ਉਹਨਾਂ ਦੀ ਸਾਰੀ ਫੈਮਿਲੀ ਇੱਧਰ ਆ ਉੱਥੇ ਇਕੱਲੇ ਰਹਿ ਗਏ, ਫਿਰ ਉਹਨਾਂ ਨੂੰ ਆਪਾਂ ਨੂੰ ਦੇਣੀ ਚਾਹੀਦੀ ਆ, ਪ੍ਰੈਫਰੈਂਸ ਦੇਣੀ ਚਾਹੀਦੀ ਆ, ਉਹਨਾਂ ਨੂੰ ਛੇਤੀ ਸੱਦਣਾ ਚਾਹੀਦਾ। ਸੋ ਵੀ ਹੈਵ ਟੂ ਲੁੱਕ ਐਟ ਅ ਸਿਸਟਮ ਵੀ ਜਿਹਦੇ ਵਿੱਚ ਕੰਡੀਸ਼ਨਸ ਵੀ ਹੈਗੀਆਂ ਐਂਡ ਰਾਈਟ ਨਾਓ ਦੈਟ ਡਸਨਟ ਐਗਜ਼ਿਸਟ। ਜਿਹੜੇ ਵੀਜ਼ੇ ਲੱਗੇ ਇੰਡੀਆ ਤੋਂ ਕਬੱਡੀ ਦੇ ਪਲੇਅਰਾਂ ਦੇ ਲਈ, ਉਹਨਾਂ ਨੂੰ ਕਿਸ ਬੇਸ ਦੇ ਉੱਤੇ ਵੀਜ਼ੇ ਲੱਗੇ? ਕਿਉਂਕਿ ਸਵਾਲ ਇਹ ਉੱਠ ਰਹੇ ਨੇ ਕਿ ਵੀ ਉਹਨਾਂ ਨੂੰ ਕੁਛ ਬੰਦਿਆਂ ਨੂੰ ਪਹਿਲ ਦਾ ਆਧਾਰ ਇਸ ਕਰਕੇ ਦਿੱਤਾ ਗਿਆ ਕਿਉਂਕਿ ਤੁਹਾਡੇ ਨਜ਼ਦੀਕ ਜਿਹੜੇ ਕਬੱਡੀ ਵੀਜ਼ੇ ਐਕਟ ਹੀ ਲੱਗੇ ਆ। ਪਹਿਲੀ ਗੱਲ ਆ ਜਿਹੜੇ ਨਹੀਂ ਲੱਗੇ, ਦੇਰ ਇਜ਼ ਅ ਰੀਜ਼ਨ ਵਾਈ ਸਮ ਆਫ ਦਮ ਡਿਡਨਟ ਗੈਟ ਅਪਰੂਵਡ। ਵੀ ਜਿਹੜੇ ਪਿਛਲੇ ਸਾਲ ਤੋਂ ਪ੍ਰੋਬਲਮ ਪਈ ਸੀ ਵੀ ਜਿਹੜਾ ਕਬੱਡੀ ਪ੍ਰੋਗਰਾਮ ਸਾਨੂੰ ਐਜ਼ ਏ ਗਵਰਨਮੈਂਟ ਕੈਂਸਲ ਕਰਨਾ ਪਿਆ, ਜਿਹੜਾ ਸਪੈਸ਼ਲ ਪ੍ਰੋਗਰਾਮ ਸੀ ਨਾਲ, ਇਹੋ ਕੋਈ ਖਾਸ ਸਪੈਸ਼ਲ ਪ੍ਰੋਗਰਾਮ ਨਹੀਂ ਸੀ, ਉਹ ਕਬੱਡੀ ਨੂੰ ਉਹ ਰਿਸਪੈਕਟ ਦਿੱਤੀ ਗਈ ਆ ਵੀ ਜਿਹੜੇ ਦੂਜੇ ਸਪੋਰਟਸ ਨੂੰ ਦਿੱਤੀ ਗਈ ਆ, ਜਿਵੇਂ ਸਾਕਰ ਕੈਨੇਡਾ, ਸਵਿਮਿੰਗ ਕੈਨੇਡਾ, ਕ੍ਰਿਕਟ ਕੈਨੇਡਾ। ਸੋ ਕਿਉਂਕਿ ਉਹ ਜਦੋਂ ਉਹ ਸਪੋਰਟ ਆਪਦੇ ਕੋਈ ਇੰਟਰਨੈਸ਼ਨਲ ਟੂਰਨਾਮੈਂਟ ਰੱਖਦੇ ਆ, ਉਹ ਵੀ ਜੋ ਵੀ ਪ੍ਰੋਫੈਸ਼ਨਲ ਪਲੇਅਰ ਆ ਰਹੇ ਆ ਉਹ ਸਾਰੇ ਆ ਜਾਂਦੇ ਆ। ਸੋ ਉਹ ਸੇਮ ਰਿਸਪੈਕਟ 'ਤੇ ਕਬੱਡੀ ਨੂੰ ਦਿੱਤੀ ਗਈ ਸੀ। ਅਨਫੋਰਚੁਨੇਟਲੀ ਕੁਛ ਲੋਕਾਂ ਨੇ, ਨੋਟ ਐਵਰੀਬਡੀ, ਪਰ ਕੁਛ ਲੋਕਾਂ ਨੇ ਉਸਨੂੰ ਅਬਿਊਜ਼ ਕੀਤਾ, ਰਾਈਟ, ਉਸ ਪ੍ਰੋਗਰਾਮ ਨੂੰ। ਸੋ ਉਹ ਪ੍ਰੋਗਰਾਮ ਹੁਣ ਦੁਬਾਰਾ ਇਵੈਲੂਏਟ ਕਰਦੇ ਹਾਂ। ਐਕਤੀ ਕੁਛ ਵੀਜ਼ੇ ਲੱਗੇ ਆ, ਜਿਸ ਥੋੜ੍ਹੇ ਲੱਗੇ ਆ, 55 ਕੁ ਵੀਜ਼ੇ ਲੱਗੇ, ਆਈ ਥਿੰਕ 54-55 ਕੁਛ ਪੰਜਾਬ ਦੇ ਸੁਪਰ ਸਟਾਰ ਪਲੇਅਰਾਂ ਨੂੰ ਵੀਜ਼ੇ ਲੱਗੇ ਆ। ਟੋਟਲੀ ਬੇਸਡ 100% ਵੀ ਜਿਹੜੇ ਇਮੀਗ੍ਰੇਸ਼ਨ ਆਫਿਸਰ ਆ ਚੰਡੀਗੜ੍ਹ, ਉਹਨਾਂ ਨੇ ਉਹਨਾਂ ਦੇ ਪਰਸਨਲ ਮੈਰਿਟ ਦੇਖ ਕੇ, ਫੈਡਰੇਸ਼ਨ ਦੇਖ ਕੇ, ਕੁਛ ਗੱਲਾਂ ਦੇਖ ਕੇ, ਈਵਨ ਟੂ ਸੀ ਵੀ ਜਿਹੜੀ ਟੀਮਾਂ ਨੇ ਉਸ ਪਲੇਅਰ ਨੂੰ ਅਫੋਰਡ ਕਰ ਸਕਦੇ ਆ, ਵੀ ਉਹਨਾਂ ਦਾ ਖਰਚਾ ਖੁਰਚ ਰੱਖਣਾ ਵੀ ਆ 2-3 ਮਹੀਨੇ, ਉਸ ਉਹੋ ਜਿਹੇ ਇਸ਼ੂਜ਼ 'ਤੇ ਰੱਖ ਕੇ ਉਹਨਾਂ ਨੇ ਵੀਜ਼ੇ ਦਿੱਤੇ ਆ। ਠੀਕ ਆ, ਕੁਛ ਜਿਹੜੇ ਹੁਣ ਇਹ ਵੀ ਹੈ ਵੀ ਹੁਣ ਜਿਹੜੇ ਫੈਡਰੇਸ਼ਨ ਮੈਂ ਪਰਸਨਲੀ ਜਾਣਦਾ ਜਾਂ ਕਲੱਬਸ ਨੂੰ ਮੈਂ ਪਰਸਨਲੀ ਜਾਣਦਾ, ਉਹ ਮੈਨੂੰ ਕਹੀ ਜਾਂਦੇ ਵੀ ਅਸੀਂ ਇੰਨੇ ਜ਼ਿਆਦਾ ਤੈਨੂੰ ਜਾਣਦੇ, ਸਾਨੂੰ ਕੋਈ ਵੀਜ਼ਾ ਨਹੀਂ ਲੱਗਿਆ। ਸੋ ਆਈ ਮੀਨ ਦੀਜ਼ ਇਸ਼ੂਜ਼ ਆਰ ਆਲਵੇਜ਼ ਸਟੈਂਡਿੰਗ, ਬਟ ਇਹੀ ਕਹਾਂਗੇ ਜਿਹੜੇ ਫਿਊਚਰ ਦੇ ਵਿੱਚ ਜੇ ਫੈਡਰੇਸ਼ਨ ਇਕੱਠੀ ਹੋ ਜਾਣ, ਨੋਟ ਓਨਲੀ ਇਨ ਓਨਟਾਰੀਓ, BC ਦੇ ਵਿੱਚ, ਅਲਬਰਟਾ ਦੇ ਵਿੱਚ ਵੀ, ਅਤੇ ਇੱਕ ਵੱਡੀ ਫੈਡਰੇਸ਼ਨ ਬਣਾ ਲੈਣ, ਉਸ ਦੇ ਨਾਲ ਜਿਹੜੇ ਇਹਨਾਂ ਦੇ ਕਬੱਡੀ ਦੇ ਰੂਲਸ ਆ ਉਹਨਾਂ ਨੂੰ ਰੈਗੂਲੇਟ ਕਰ ਲੈਣ, ਡਰੱਗ ਟੈਸਟਿੰਗ ਦੇ ਰੂਲਸ, ਇਮੀਗ੍ਰੇਸ਼ਨ ਰੂਲਸ, ਜੇ ਕੋਈ ਪਲੇਅਰ ਭੱਜਦਾ ਵਾ ਕੀ ਉਹਦਾ ਫਾਈਨ ਹੋਊਗਾ, ਕੀ ਉਹਨਾਂ ਦੇ ਯੂ ਨੋ ਪੈਨਲਟੀ ਹੋਊ, ਅਤੇ ਫਿਰ ਈਵਨ ਪਲੇਅਰ ਕੰਟੈਕਟ, ਇਹ ਸਾਰੇ ਰੂਲਸ ਬਣਾ ਲੈਣ, ਜੇ ਫਿਰ ਗਵਰਨਮੈਂਟ ਨੂੰ ਵੀ ਉਹਨਾਂ ਨਾਲ ਡੀਲ ਕਰਨਾ ਸੌਖਾ ਹੋ ਜੂ। ਅਖੀਰ ਦੇ ਵਿੱਚ ਤੁਸੀਂ ਦੇਖਣ ਵਾਲੇ ਸਾਰੇ ਵਿਊਰਸ ਨੂੰ, ਜਿਹੜੇ ਸਾਡੇ ਦਰਸ਼ਕ ਨੇ ਅੱਜ ਦੇ, ਇਹਨਾਂ ਨੂੰ ਕੋਈ ਆਪਣੇ ਵੱਲੋਂ ਸੁਨੇਹਾ ਜਾਂ ਪ੍ਰਾਈਮ ਮਿਨਿਸਟਰ ਹਾਰਪਰ ਵੱਲੋਂ ਕੋਈ ਸੁਨੇਹਾ? ਮੈਂ ਤਾਂ ਪਰਸਨਲੀ ਇਹੀ ਕਹੂੰਗਾ ਵੀ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਵੀ ਜਿਸ ਸਾਨੂੰ ਟਾਈਮ ਦਿੱਤਾ ਇਸ ਸ਼ੋਅ ਦੇ ਉੱਤੇ ਆਉਣ ਦਾ, ਕੁਛ ਗੱਲਾਂ ਜਿਹੜੀਆਂ ਕਲੀਅਰ ਅਪ ਕਰਨ ਦੀ ਲੋੜ ਸੀ ਉਹ ਵੀ ਮੌਕਾ ਦਿੱਤਾ। ਬਾਕੀ ਦੇ ਵੀ ਆਪਣੇ ਜਿਹੜੇ ਵੀਰ ਜੀ ਸਾਰੇ ਤੁਸੀਂ ਏਕਮ TV 'ਤੇ ਕਰਦੇ ਹੋ, ਕਲਚਰਲੀ ਬਹੁਤ ਜ਼ਿਆਦਾ ਵੈਲ ਇਸਟੈਬਲਿਸ਼ਡ ਪ੍ਰੋਗਰਾਮ ਆ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ, ਅਤੇ ਨਾ ਇਸਦੇ ਨਾਲ ਨਾਲ ਜਿਹੜੀ ਆ ਪੋਲੀਟੀਕਲ ਗੱਲ ਆ, ਇਟਸ ਵੈਰੀ ਗੁੱਡ, ਬਿਕੋਜ਼ ਜਿਹੜੀ ਇਹ ਇਸ਼ੂਜ਼ ਨੇ ਇਹ ਗੱਲਾਂ ਜ਼ਰੂਰੀ ਆ ਵੀ ਆਪਣੀ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ। ਕਈ ਵਾਰੀ ਇਹ ਗੱਲਾਂ ਡਾਇਰੈਕਟਲੀ ਆਪਣੀ ਕਮਿਊਨਿਟੀ ਨੂੰ ਇਫੈਕਟ ਵੀ ਕਰਦੀਆਂ, ਪਰ ਕਈ ਇਨਡਾਇਰੈਕਟਲੀ ਵੀ ਬਹੁਤ ਜ਼ਿਆਦਾ ਇਫੈਕਟ ਕਰਦੀਆਂ। ਹੁਣ ਜਿਵੇਂ ਇਕਾਨਮੀ ਦੀ ਗੱਲ ਆ ਜਾਂ ਟੈਕਸ ਦੀ ਗੱਲ ਕਰਦੇ ਹਾਂ, ਹੁਣ ਟੈਕਸ ਤਾਂ ਸਾਰਿਆਂ ਨੇ ਦੇਣਾ ਹੀ ਆ, ਇਟਸ ਗੁੱਡ ਟੂ ਨੋ ਵੀ ਗਵਰਨਮੈਂਟ ਨੇ ਟੈਕਸ ਕਿੰਨਾ ਘਟਾਇਆ ਵਾ। ਸੋ ਇਹ ਜਿਹੜੇ ਇਸ਼ੂਜ਼ ਆ, ਇਟਸ ਵੈਰੀ ਇੰਪੋਰਟੈਂਟ। ਸੋ ਆਈ ਅਪਰੀਸ਼ੀਏਟ, ਥੈਂਕ ਯੂ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਕਰ ਰਹੇ ਹੋ। ਇੱਕ ਵਾਰੀ ਫਿਰ ਆਉਣ ਦਾ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬੜਾ ਬੜਾ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਬਾਏ।